ਹੁਣ ਜਦੋਂ ਅਸੀਂ ਕੈਨੇਡਾ ਦੇ ਸੰਦਰਭ ਦੇ ਵਿੱਚ ਗੱਲ ਕਰਦੇ ਆਂ ਇਹ ਪ੍ਰੋਟੈਸਟ ਜਿਹੜੇ ਪਾਪ-ਅੱਪ ਹੋ ਰਹੇ ਨੇ ਕੀ ਇਹ ਇੱਕ ਮੁਲਕ ਵਾਸਤੇ ਚੰਗੇ ਨੇ ਖਾਸ ਤੌਰ ਤੇ ਜੇਕਰ ਤੁਸੀਂ ਕੈਨੇਡਾ ਦੇ ਸੰਦਰਭ ਚ ਆਪਾਂ ਗੱਲ ਕਰੀਏ ਤੇ ਪਿੱਛੋਂ ਜਿਵੇਂ ਭਾਰਤ ਤੋਂ ਆਇਆ ਲੋਕੀ ਟੈਂਕੀ ਤੇ ਚੜ ਜਾਂਦੇ ਸੀ ਆਂਗਨਵਾੜੀ ਵਰਕਰਸ ਹੁਣ ਟੀਚਰਸ ਹੁਣ ਉੱਥੇ लाਟੀ ਚਾਰਜ ਹੁੰਦਾ ਸੀ ਉੱਥੇ ਪ੍ਰੋਟੈਸਟ ਹੁੰਦਾ ਸੀ ਉਹ ਤਾਂ ਤੁਸੀਂ ਉੱਥੇ ਤਾਂ ਜਸਟੀਫਾਈ ਕਰ ਸਕਦੇ ਹੋ ਕਿ ਉੱਥੇ ਉਹਨਾਂ ਦੇ ਰਾਈਟਸ ਦੇ ਨਾਲ ਖਿਲਵਾੜ ਹੋ ਰਿਹਾ ਤਾਂ ਉੱਥੇ ਉਹ ਪ੍ਰੋਟੈਸਟ ਕਰ ਰਹੇ ਨੇ ਪਰ ਜੇ ਉੱਧਰ ਦੇ ਕੰਟੈਂਟ ਲਈ ਇੱਥੇ ਕੈਨੇਡਾ ਦੀ ਧਰਤੀ ਨੂੰ ਯੂਜ਼ ਕੀਤਾ ਜਾ ਰਿਹਾ ਪ੍ਰੋਟੈਸਟ ਕਰਨ ਦੇ ਲਈ ਇਹਨੂੰ ਤੁਸੀਂ ਕਿਵੇਂ ਜਸਟੀਫਾਈ ਕਰ ਰਹੇ ਹੋ ਕੈਨੇਡੀਅਨਸ ਦੇ ਆਪਦੇ ਬਹੁਤ ਸਾਰੇ ਮੁੱਦੇ ਹੈਗੇ ਜਿਹਦੇ ਉੱਤੇ ਗੱਲ ਕੀਤੀ ਜਾ ਸਕਦੀ ਹੈ ਜੇ ਅਸੀਂ ਇਸ ਮੁਲਕ ਵਿੱਚ ਆਏ ਹਾਂ ਤਾਂ ਇਸੇ ਲਈ ਆਏ ਹਾਂ ਅਸੀਂ ਪਿਛਲੇ ਮੁੱਦੇ ਇਹਨੂੰ ਪਿੱਛੇ ਹੀ ਛੱਡ ਕੇ ਇੱਥੇ ਆਪਣੇ ਮੁੱਦਿਆਂ ਦੀ ਗੱਲ ਕਿਉਂ ਨਹੀਂ ਕਰਦੇ ਹਾਂ ਹਾਂ ਤੁਸੀਂ ਇੱਕ ਸਰਕਾਰ ਹੀ ਆ ਉਹਨ ਮਾੜੀ ਕੀ ਗਾਲ ਹੀ ਕੁੱਚੀ ਆ ਉਹਨੂੰ ਇੱਕ ਤਰ੍ਹਾਂ ਅਰੈਸਟ ਕਰ ਲਿਆ ਹੂੰ ਹੂੰ ਜੇ ਭਰਦੇ ਵੀ ਜ਼ਿਆਦਾ ਵੀ ਹੋਣ ਲੱਪਣਗੇ ਤੇ ਤੁਸੀਂ ਮਤਲਬ ਉਹ ਉਹਨਾਂ ਨੂੰ ਅਰੈਸਟ ਕਰਨਗੇ ਪ੍ਰੋਬਲਮਸ ਹੋਣਗੀਆਂ ਪਰ ਇਹ ਬਹੁਤ ਜ਼ਰੂਰੀ ਆ ਜਗਾਉਣ ਲਈ ਭਾਜੀ ਪ੍ਰੋਟੈਸਟ ਜੇ ਪੀਸਫੁਲ ਹੈ ਓਕੇ ਬਟ ਇੱਕ ਪ੍ਰੋਟੈਸਟ ਅ ਯੂਨਿਟੀ ਵੀ ਦਿਖਾਂਦਾ ਹੈ ਕਿ ਯੂ نو ਇੱਕ ਮਾਸ ਇੱਕ ਅਫੈਕਟ ਹੋਇਆ ਹੈ ਮਾਸ ਆਫ ਪੀਪਲ ਨੂੰ ਇੱਕ ਕਾਨੂੰਨੀ ਦੋ ਜਣਿਆਂ ਨੂੰ ਨੇ ਮਾਸ ਆਫ ਪੀਪਲ ਆਰ ਗੈਟਿੰਗ ਅਫੈਕਟਿਡ ਤਾਂ ਹੀ ਕਰਕੇ ਉਹਨਾਂ ਨੇ ਯੂਨਿਟੀ ਕੀਤੀ ਹੈ ਤਾਂ ਹੀ ਕਰਕੇ ਉਹ ਆਪਣੀ ਆਵਾਜ਼ ਸੁਣਾਣਾ ਚਾਹੁੰਦੇ ਨੇ ਹੁਣ ਟੀਚਰਸ ਦੀ ਆਪਾਂ ਗੱਲ ਕਰਦੇ ਹਾਂ ਕਿ ਜਦੋਂ ਕੈਨੇਡਾ ਦੇ ਵਿੱਚ ਸਟੂਡੈਂਟਸ ਨੂੰ ਸਿੱਖਿਆ ਦੇ ਬਾਰੇ ਵਿੱਚ ਗੱਲ ਕੀਤੀ ਗਈ ਸੀ ਕਿ ਸਕੂਲ 'ਚ ਕੀ ਪੜਾਇਆ ਜਾਵੇ ਕੀ ਨਾ ਪਟੀਸ਼ਨ ਦੀ ਗੱਲ ਆਉਂਦੀ ਹੈ ਪਟੀਸ਼ਨ ਦੇ ਉੱਤੇ ਕਿੰਨਿਆਂ ਕਿੰਨੇ ਸਾਈਨ ਕੀਤੇ ਅਸੀਂ ਕਿਸਾਨ ਆंदोलਨ ਦੇ ਵਿੱਚ ਤਾਂ ਅਸੀਂ ਇੱਥੇ ਮਤਲਬ ਰੋਡਸ ਬੁਰੀਆਂ ਜਾਮ ਕਰਤੀ ਅਸੀਂ ਸਭ ਕੁਝ ਕਰਤਾ ਸੀ ਵੀ ਭਾਰਤ ਦਾ ਮੁੱਦਾ ਸਾਡੀਆਂ ਪਿੱਛੇ ਜੜਾਂ ਜੁੜੀਆਂ ਹੋਈਆਂ ਨੇ ਸਾਡੀਆਂ ਜਿਹੜੀਆਂ ਆਉਣ ਵਾਲੀਆਂ ਨਸਲਾਂ ਨੇ ਉਹਨਾਂ ਲਈ ਅਸੀਂ ਕਿੰਨਿਆਂ ਕਿ ਪਟੀਸ਼ਨਸ ਪਾ ਦਿੱਤੀਆਂ ਜਾਂ ਕੀ ਕਰ ਦਿੱਤਾ ਸੋ ਉਸ ਵੇਲੇ ਸਾਡੀ ਯੂਨਿਟੀ ਕਿੱਥੇ ਜਾਂਦੀ ਆ ਔਰ ਨਾਲ ਦੀ ਨਾਲ ਜਿਹੜੇ ਪੋਲੀਟਿਸ਼ੀਅਨਸ ਆ ਜਿਹੜੇ ਤੁਹਾਨੂੰ ਸਵਾਏ ਕਿਸ ਪਾਰਟ ਦੇ ਜਾਂ ਸਵਾਏ ਕਿਤੇ ਜਿਹੜੀ ਬਰਥਡੇ ਪਾਰਟੀ ਦੇ ਪਕੌੜੇ ਖਾਂਦੇ ਨਜ਼ਰ ਨਹੀਂ ਆਉਂਦੇ ਉਸ ਤੋਂ ਇਲਾਵਾ ਕਿਸੇ ਮੁੱਦੇ ਤੇ ਸਾਹਮਣੇ ਨਹੀਂ ਆਉਂਦੇ ਮੇਰੇ ਖਿਆਲ ਦੇ ਨਾਲ ਜਦੋਂ ਉਹ ਕਿਸੇ ਦੀ ਈਮੇਲ ਵੀ ਅਨਸਰ ਨਹੀਂ ਕਰਦੇ ਮੇਰੇ ਖਿਆਲ ਦੇ ਨਾਲ ਬੈਸਟ ਟੂਲ ਇਹੀ ਹੈ ਧਰਨੇ ਦਾ ਜਦੋਂ ਲੋਕੀ ਬਾਹਰ ਨਿਕਲਦੇ ਨੇ ਥੋੜੀ ਰਿਸਪੌਂਸੀਬਿਲਟੀ ਦੀ ਸੈਂਸ ਤਾਂ ਆਵੇ ਲੋਕਾਂ ਨੂੰ ਕਿ ਲੋਕ ਸਤੇ ਹੋਏ ਨੇ ਤੰਗ ਹੋਏ ਨੇ ਸਾਡੀਆਂ ਗਰੋਸਰੀਆਂ ਬਹੁਤ ਮਹਿੰਗੀਆਂ ਨੇ ਬ੍ਰਾਂਟਨ ਵਰਗੇ ਸ਼ਾਰਾਂ ਦੀ ਇੰਸ਼ੋਰੈਂਸ ਕਿਉਂ ਜ਼ਿਆਦਾ ਆ ਕਿਉਂਕਿ ਸਾਡੇ ਵਰਗੇ ਲੋਕਾਂ ਨੇ ਗਲਤੀਆਂ ਅਸੀਂ ਕਰਦੇ ਆਂ ওভারਸਪੀਡਿੰਗ ਕਰਨ ਲਈ ਸਰਕਾਰ ਨਹੀਂ ਕਹਿੰਦੀ ਸੋ ਸਪੈਸ਼ਲੀ ਜਦੋਂ ਅਸੀਂ ਕਹਿੰਦੇ ਆ ਪੋਸਟਲ ਕੋਡ ਰਿਮੂਵ ਕੀਤਾ ਜਾਵੇ ਕਿਉਂ ਕੀਤਾ ਜਾਵੇ ਕਿਉਂਕਿ ਅਸੀਂ ਵੀ ਉਹਦੇ ਵਿੱਚ ਕਿਤੇ ਨਾ ਕਿਤੇ ਕਸੂਰਵਾਰ ਹੈਗੇ ਆਂ ਸੋ ਇਹਦੇ ਲਈ ਅਸੀਂ ਕਿਹਦੇ ਅਗੇਂਸਟ ਪ੍ਰੋਟੈਸਟ ਕਰ ਰਹੇ ਆਂ ਸਰਕਾਰ ਦੇ ਅਗੇਂਸਟ ਸਰਕਾਰ ਨੇ ਤਾਂ ਪਹਿਲਾਂ ਇੱਕ ਤਰੀਕਾ ਆਲਰੇਡੀ ਬਣਾਇਆ ਸੀ ਇੱਕ ਇੰਸ਼ੋਰੈਂਸ ਫਿਕਸ ਸੀ ਜਿਉਂ ਉਹਦੇ ਵਿੱਚ ਕੁਝ ਚੇਂਜੇਸ ਆਇਆ ਉਹ ਸਾਡੀਆਂ ਗਲਤੀਆਂ ਕਰਕੇ ਆਏ ਆ ਬਿਲਕੁਲ ਜੀ ਆਪਾਂ ਹੁਣ ਡਿਬੇਟ ਦੇ ਵੱਲ ਚੱਲਦੇ ਆਂ ਤਰਨਜੀਤ ਮੁੱਦਾ ਜਿਹੜਾ ਹੈ ਖਾਸ ਤੌਰ ਤੇ ਰੀਸੈਂਟਲੀ ਉੱਥੇ ਇੱਕ ਜਿਹੜਾ ਪ੍ਰੋਟੈਸਟ ਜਿਹੜਾ ਲਗੋਮਾ ਯੂਨੀਵਰਸਿਟੀ ਦੇ ਸਾਹਮਣੇ ਹੋਇਆ ਤੇ ਉਹਨਾਂ ਦੇ ਬੱਚਿਆਂ ਦੇ ਜਿਹੜਾ ਸੀਗਾ ਸਟੂਡੈਂਟਸ ਦਾ ਜਿਹੜਾ ਖਾਸ ਤੌਰ ਤੇ ਵੀ ਉਹਨਾਂ ਨੂੰ ਇੱਕੋ ਸਬਜੈਕਟ ਦੇ ਵਿੱਚ ਮੈਨੂੰ ਕਰੈਕਟ ਕਰ ਦਿਜੀਏ ਮੈਂ ਗਲਤ ਹੋਇਆ ਇੱਕੋ ਸਬਜੈਕਟ ਦੇ ਵਿੱਚ ਬਹੁਤ ਹੀ ਬੱਚਿਆਂ ਨੂੰ ਫੇਲ ਕਰਨਾ ਤੇ ਉਹ ਉਹਦੇ ਬਾਰੇ ਰਿਵਿਊ ਜਾਂ ਉਹਨਾਂ ਨੂੰ ਪਾਸ ਕਰਨ ਦਾ ਜਿਹੜਾ ਜ਼ਿਕਰ ਕੀਤਾ ਗਿਆ ਕਈ ਗੱਲਾਂ ਦੇ ਸਾਹਮਣੇ ਆਈਆਂ ਪ੍ਰੋਟੈਸਟ ਹੈ ਜਿਹੜਾ ਉਹ ਹੋਇਆ ਵੀ ਹੈ ਪਿੱਛੇ ਜਿਹੜੀ ਯੂਨੀਵਰਸਿਟੀ ਨੇ ਇੱਕ ਕੋਈ ਡਿਸੀਜਨ ਵੀ ਦਿੱਤਾ ਬਾਅਦ ਦੇ ਵਿੱਚ ਡਿਸੀਜਨ ਮੈਨੂੰ ਲੱਗਦਾ ਫਿਰ ਉਹਨਾਂ ਨੇ ਰਿਵਾਈਜ਼ ਕੀਤਾ ਜਾਂ ਕੁਝ ਵੀ ਕੀਤਾ ਤੇ ਉਸ ਪ੍ਰੋਟੈਸਟ ਦੀ ਹੈ ਜਾਂ ਉਸ ਜਿਹੜੀ ਆ ਜਾਂ ਜਿਹੜੀ ਉਹ ਜਿਹੜੀ ਮੁਹਿੰਮ ਉਹਨਾਂ ਦੀ ਬੱਚਿਆਂ ਚੱਲਦੀ ਹੈ ਸਟੂਡੈਂਟ ਦੀ ਚੱਲਦੀ ਹੈ ਉਹਦੀ ਹੁਣ ਕੀ ਕਰੰਟ ਹੈਗੀ ਸਿਚੁਏਸ਼ਨ ਇਸ ਤਰ੍ਹਾਂ ਦੀ ਅ ਸਰ ਸਟੂਡੈਂਟਸ ਨੇ ਵੱਲੋਂ ਜਿਵੇਂ ਧਰਨਾ ਪਹਿਲਾਂ ਲਗਾਇਆ ਗਿਆ ਸੀ ਉਸ ਵੇਲੇ ਇਹ ਕਿਹਾ ਗਿਆ ਸੀ ਕਿ ਯੂਨੀਵਰਸਿਟੀ ਜਾਂ ਪ੍ਰੋਫੈਸਰ ਉਹਨਾਂ ਦੀ ਕੋਈ ਗੱਲ ਨਹੀਂ ਸੁਣ پا ਰਹੇ ਹੈਗੇ ਤੇ ਉਸ ਤੋਂ ਬਾਅਦ ਜਦੋਂ ਪ੍ਰੋਟੈਸਟ ਕੀਤਾ ਤਾਂ ਯੂਨੀਵਰਸਿਟੀ ਪਹਿਲਾਂ ਤਾਂ ਕੋਈ ਵੀ ਵਰਬਲੀ ਹੀ ਗੱਲ ਕਰੀ ਆ ਰਿਟਰਨ ਦੇ ਵਿੱਚ ਬਹੁਤ ਘਟੋਨਾ ਨੂੰ ਕੋਈ ਗੱਲਬਾਤ ਕੀਤੀ ਜਾ ਰਹੀ ਹੈ ਪਲਾਂ ਯੂਨੀਵਰਸਿਟੀ ਵੱਲੋਂ 132 ਟੋਟਲ ਸਟੂਡੈਂਟ ਸੀਗੇ ਜਿਹਦੇ ਵਿੱਚੋਂ 100 ਨੂੰ ਪਾਸ ਕਰ ਦਿੱਤਾ ਗਿਆ ਸੀ 132 ਨੂੰ ਕਿਹਾ ਗਿਆ ਸੀ ਕਿ ਇਹਨਾਂ ਨੂੰ ਐਪਟੀਟਿਊਡ ਟੈਸਟ ਦੁਬਾਰਾ ਦੇਣਾ ਪੈਣਾ ਹੈ ਜਦੋਂ ਧਰਨੇ ਤੋਂ ਬਾਅਦ ਚੁੱਕੀ ਤਾਂ ਫੈਸਲਾ ਲਿਆ ਨਾ ਹਾਂ ਜੀ ਇਹ ਪਿਛਲੇ ਹਫਤੇ ਦੀ ਗੱਲ ਹੈ ਪਰ ਉਸ ਤੋਂ ਬਾਅਦ ਰੀਸੈਂਟਲੀ 2 ਦਿਨ ਪਹਿਲਾਂ ਯੂਨੀਵਰਸਿਟੀ ਦੀ ਇੱਕ ਵਾਰ ਫਿਰ ਤੋਂ ਮੀਟਿੰਗ ਹੁੰਦੀ ਆ ਤਾਂ ਜਿਹੜੇ 100 ਸਟੂਡੈਂਟ ਪਾਸ ਕੀਤੇ ਗਏ ਸੀ ਉਹਦੇ ਵਿੱਚੋਂ ਵੀ ਜੋ ਇਨਫੋਰਮੇਸ਼ਨ ਮਿਲੀ ਆ ਉਹ 12 ਤੋਂ ਲੈ ਕੇ 22 ਦੇ ਅਰਾਊਂਡ ਸਟੂਡੈਂਟਸ ਉਹਨਾਂ ਵਿੱਚੋਂ ਦੁਬਾਰਾ ਫੇਲ ਕਰ ਦਿੱਤੇ ਗਏ ਨੇ ਤੇ ਉਹਨਾਂ ਵਿੱਚੋਂ ਬਹੁਤ ਤੋ ਮਟੀਰੀਅਲ ਲੈ ਕੇ ਤੁਸੀਂ ਕੋਈ ਕਾਪੀ ਪੇਸਟ ਕਰ ਰਹੇ ਹੋ ਉਸ ਤਰੀਕੇ ਨਾਲ ਮਤਲਬ ਕਿ ਉਹ ਤੁਸੀਂ ਕੁਝ ਹੱਦ ਤੱਕ ਇੰਟਰਨੈਟ ਦੀ ਮਦਦ ਲੈ ਸਕਦੇ ਹੋ ਵੀ ਤੁਸੀਂ ਕਿੱਥੋਂ ਇਹ ਤੁਸੀਂ ਨਿਊਜ਼ ਜਾਂ ਕੋਈ ਵੀ ਰਿਸੋਰਸਿਸ ਤੁਹਾਡੇ ਹੈਗੇ ਆ ਸੋ ਉਹਦੇ ਬਾਰੇ ਡਿਟੇਲ ਦੇ ਕੇ ਦੈਨ ਤੁਸੀਂ ਉਹਦੇ ਵਿੱਚੋਂ ਕੁਝ ਇੰਟਰਨੈਟ ਦੀ ਹੈਲਪ ਲੈ ਸਕਦੇ ਹੋ ਪਰ ਉਹਦੇ ਵਿੱਚ ਵਰਡਿੰਗਸ ਵਗੈਰਾ ਕੁਝ ਤੁਹਾਡੀਆਂ ਆਪਣੀਆਂ ਹੋਣੀਆਂ ਚਾਹੀਦੀਆਂ ਨੇ ਸੋ ਅੱਛਾ ਇਹਦਾ ਸਿਸਟਮ ਹੈ ਕਿ ਫਾਈਂਡ ਆਊਟ ਕਰ ਸਕਦੇ ਪਏ ਚੀਜ਼ ਜਿਹੜੀ ਹੈ ਬਿਲਕੁਲ ਹਾਂਜੀ ਇਹਨਾਂ ਕੋਲ ਕੁਝ ਸੌਫਟਵੇਅਰ ਹੁੰਦੇ ਆ ਜਿਦੇ ਨਾਲ ਇਹ ਕੱਢ ਸਕਦੇ ਆ ਕਿ ਇਹ ਕਿੱਥੋਂ ਤੁਸੀਂ ਕਾਪੀ ਪੇਸਟ ਕੀਤਾ ਆ ਠੀਕ ਹੈ ਠੀਕ ਹੈ ਬਟ ਮੈਜੋਰਟੀ ਆਫ ਦਾ ਸਟੂਡੈਂਟਸ ਕਹਿ ਰਹੇ ਨੇ ਕਿ ਵੀ ਗਲਤ ਤਰੀਕੇ ਦੇ ਨਾਲ ਉਹਨਾਂ ਨੂੰ ਮਤਲਬ ਜਸਟ ਇਹ ਲਗਾ ਕੇ ਕਿਉਂਕਿ ਯੂਨੀਵਰਸਿਟੀ ਕੋਲ ਕੋਈ ਹੋਰ ਆਪਸ਼ਨ ਨਹੀਂ ਹੈ ਸੋ ਜਸਟ ਇਹ ਪਲੇਜਰੀਸਮ ਲਗਾ ਕੇ ਤੇ ਹੁਣ ਉਹਨਾਂ ਨੂੰ ਫਸਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਦ ਕਿ ਉਹ ਕਹਿ ਰਹੇ ਨੇ ਸਾਡੀਆਂ ਜਿਹੜੀਆਂ ਆਨਸਰ ਸ਼ੀਟਸ ਨੇ ਉਹ ਸਾਡੇ ਸਾਹਮਣੇ ਦਿਖਾਈਆਂ ਜਨ ਵੀ ਅਸੀਂ ਕਿੱਥੇ ਗਲਤੀ ਕੀਤੀ ਹੈ ਸੋ ਸਟੂਡੈਂਟਸ ਇਸ ਗੱਲ ਤੇ ਨਹੀਂ ਆ ਰਹੇ ਕਿ ਉਹ ਯੂਨੀਵਰਸਿਟੀ ਦੇ ਫੈਸਲੇ ਤੋਂ ਖੁਸ਼ ਨਹੀਂ ਤੇ ਯੂਨੀਵਰਸਿਟੀ ਹੁਣ ਆਪਣੇ ਫੈਸਲੇ ਤੇ ਜਿਹੜੀ ਆ ਬਾਰ ਬਾਰ ਕਿੰਦੂ ਪਰੰਤੂ ਉਹ ਖੋਦੀ ਕਰ ਰਹੀ ਹੈ ਇਹ ਫੇ ਧਰਨਾ ਹਜੇ ਬਰ ਸਟੂਡੈਂਟਸ ਜੁੜੇ ਨੇ ਜਿਹਦੇ ਵਿੱਚ ਕਿਹਾ ਜਾ ਰਿਹਾ ਕਿ ਪੂਰੀ ਕਲਾਸ ਨੂੰ ਫੇਲ ਕਰ ਦਿੱਤਾ ਗਿਆ ਜਦੋਂ ਅਸੀਂ ਉੱਥੇ ਪ੍ਰੋਟੈਸਟ ਵਿੱਚ ਗਏ ਸੀ ਕਵਰ ਕਰਨ ਲਈ ਤੇ ਉਦੋਂ ਪਤਾ ਲੱਗਿਆ ਕਿ ਉਹਨਾਂ ਦੇ ਕੋਲ ਪੂਰੀ ਲਿਸਟ ਹੈ ਕਲਾਸ ਦੀ 32 ਦੇ ਆਰੰਡ ਲਿਸਟ ਵਿੱਚ ਸਟੂਡੈਂਟਸ ਦੇ ਨਾਮ ਸ਼ਾਮਿਲ ਹੈਗੇ ਜਿਹੜੇ ਕਿ ਫੇਲ ਕੀਤੇ ਗਏ ਨੇ ਖੈਰ ਇਹ ਤਾਂ ਹੁਣ ਜਿਵੇਂ ਪ੍ਰੋਟੈਸਟ ਚੱਲਦਾ ਉਹਨਾਂ ਦਾ ਧਰਨਾ ਚੱਲਦਾ ਲਗਾਤਾਰ ਚੱਲ ਰਹੀ ਹੈ ਜਾਰੀ ਹੈ ਬਾਕੀ ਇਹ ਤਾਂ ਹੁਣ ਬਾਅਦ ਚ ਪਤਾ ਲੱਗੇਗਾ ਕੌਣ ਕਿੱਥੇ ਗਲਤ ਹੈ ਕੌਣ ਠੀਕ ਹੈ ਅਸੀਂ ਤਾਂ ਖੈਰ ਅੰਦਾਜ਼ੇ ਹੀ ਲਗਾ ਸਕਦੇ ਹਾਂ ਜਾਂ ਇਹਨਾਂ ਦੇ ਨੁਮਾਇੰਦਿਆਂ ਦੇ ਨਾਲ ਜਾਂ ਕੱਲ ਨੂੰ ਕੋਈ ਯੂਨੀਵ ਤੇ ਉਹ ਨਮਾਇंदे ਕੀ ਕਹਿੰਦੇ ਨੇ ਉਹ ਵੱਡੀ ਗੱਲ ਹੈ ਪ੍ਰੋਟੈਸਟ ਤੇ ਕੀ ਨਿਚੋੜ ਨਿਕਲਦਾ ਜਦੋਂ ਆਪਣੇ ਸਰੰਜੀ ਦੇ ਮੈਂ ਨਿਊਜ਼ ਪੜ੍ਹ ਵੀ ਰਿਹਾ ਸੀ ਟੋਰੰਟੋ 스타 ਨੇ ਇਹਨੂੰ ਕਾਫੀ ਵੱਡੇ ਪੱਧਰ ਤੇ ਜਿਹੜੀ ਕਵਰੇਜ ਦਿੱਤੀ ਹੈ ਤੇ ਮੈਂ ਪੜ੍ਹ ਵੀ ਰਿਹਾ ਸੀ ਮੈਂ ਥੱਲੇ ਮੇਰੀ ਆਦਤ ਹੁੰਦੀ ਹੈ ਕਿ ਜਿਹੜਾ ਖਾਸ ਤੌਰ ਤੇ ਲੋਕਾਂ ਦਾ ਰਿਐਕਸ਼ਨ ਹੈ ਫੀਡਬੈਕ ਹੈ ਮੈਂ ਤਰ੍ਹਾਂ ਤਰ੍ਹਾਂ ਦੇ ਦੇਖ ਰਿਹਾ ਸੀਗਾ ਕਿ ਜਦੋਂ ਅਸੀਂ ਇਹਨਾਂ ਲੋਕਲ ਲੋਕਾਂ ਦੀ ਵੀ ਫੀਡਬੈਕ ਪੜ੍ਹਾ ਮੈਂ ਉਹ ਟੋਟਲੀ ਟੋਟਲੀ ਜਿਹੜੀ ਖਾਸ ਲੋਕਲ ਕਹਿਣ ਦਾ ਮਤਲਬ ਹੈ ਜਿਹੜੀਆਂ ਹੋਰ ਕਮਿਊਨਿਟੀਆਂ ਨੇ ਇਥੋਂ ਦੀਆਂ ਕੈਨੇਡਾ ਦੀਆਂ ਉਹਨਾਂ ਨੂੰ ਮੈਨੂੰ ਲੱਗਦਾ ਨਹੀਂ ਸੀ ਕਿ ਬਹੁਤਾ ਇਸ ਇਹਨਾਂ ਮੁੱਦਿਆਂ ਦੇ ਨਾਲ ਅਵੇਅਰ ਨੇ ਉਹ ਮਤਲਬ ਮੈਂ ਦੇਖਿਆ ਉਹਨਾਂ ਦਾ ਇਹੀ ਸੀਗਾ ਕਿ ਇਹਦੇ ਵਿੱਚੋਂ ਜ਼ਰਾਤ ਰਹੀ ਜਾਵੇ ਸਟੂਡੈਂਟ ਹੀ ਗਲਤ ਹੋਣਗੇ ਮਤਲਬ ਮੈਂ ਦੇਖ ਰਿਹਾ ਸੀ ਕਿ ਇਹੀ ਕਹਿ ਰਹੇ ਸੀ ਸਟੂਡੈਂਟ ਹੀ ਗਲਤ ਹੋਣਗੇ ਕਈ ਵਾਰੀ ਉਹ ਚੀਜ਼ ਹੁੰਦੀ ਹੈ ਪਰ ਉਹ ਸਿਰਫ ਇੱਕ ਫੀਡਬੈਕ ਹੁੰਦੀ ਹੈ ਇਹ ਬਾਤ ਦੀ ਗੱਲ ਹੈ ਕਿ ਇਸ ਤਰ੍ਹਾਂ ਹੋਣਾ ਅੱਛਾ ਕੈਨੇਡਾ ਜਿਹੜੀ ਆ ਖਾਸ ਤੌਰ ਤੇ ਜਦੋਂ ਅਸੀਂ ਥੋੜੇ ਸਾਲਾਂ ਤੋਂ ਆਪਾਂ ਜਿਹੜੇ ਤਾਂ ਰਣਜੀਤ ਤੁਸੀਂ ਵੀ ਸ਼ਾਇਦ ਨੋਟਿਸ ਕੀਤਾ ਹੋਗਾ ਮੈਂ ਵੀ ਇਹ ਫੀਲ ਕੀਤਾ ਮਹਿਸੂਸ ਕੀਤਾ ਜਿਹੜੇ ਲੋਕ ਪੁਰਾਣੇ ਦਿਨ ਇੱਥੇ ਰਹਿੰਦੇ ਨੇ ਸ਼ਾਇਦ ਉਹਨਾਂ ਨੂੰ ਪਤਾ ਉਹ ਹੁਣ ਥੋੜੇ ਸਾਲਾਂ ਤੋਂ ਰੀਸੈਂਟਲੀ ਥੋੜੇ ਜ਼ਿਆਦਾ ਪਾਪ ਅਪ ਹੋਏ ਨੇ ਹਾਂ ਠੀਕ ਹੈ ਵਧੇ ਨਹੀਂ ਪਹਿਲਾਂ ਮੈਨੂੰ ਪਤਾ ਨਹੀਂ ਮੈਨੂੰ ਯਾਦ ਨਹੀਂ ਕੀ ਸ਼ਾਇਦ ਮੇਰਾ ਸੈਂਪਲਿੰਗ ਬਹੁਤ ਛੋਟੀ ਹੋਈ ਕੈਨੇਡਾ ਦੇ ਵਿੱਚ ਸ਼ਾਇਦ ਕੋ ਵੱਡਾ ਧਰਨਾ ਹੋਏਗਾ ਕੋਈ ਇਤਿਹਾਸ ਦੇ ਵਿੱਚ ਹਿਸਟਰੀ ਬਾਰੇ ਸੱਚ ਬਾਰੇ ਮੈਨੂੰ ਸੱਚ ਮੈਂ ਇਹਦੇ ਬਾਰੇ ਕੁਝ ਨਹੀਂ ਕਰ ਸਕਿਆ ਪਰ ਤੁਸੀਂ ਦੱਸ ਸਕਦੇ ਹੋ ਪਰ ਜਿਹੜੇ ਪ੍ਰੋਟੈਸਟ ਇਹ ਵਧ ਰਹੇ ਨੇ ਸਵਾਲ ਇਹ ਖੜਦੇ ਜ਼ਿਹਨ ਦੇ ਵਿੱਚ ਆਉਂਦਾ ਮੈਂ ਕਈ ਵਾਰੀ ਸੋਚਦਾ ਹਾਂ ਇਹ ਚੀਜ਼ ਹੈ ਪਰ ਇਹ ਪ੍ਰੋਟੈਸਟ ਹਾਂ ਇੰਡੀਆ ਦੇ ਵਿੱਚ ਜ਼ਰੂਰ ਦੇਖੇ ਨੇ ਉੱਥੋਂ ਆਇਆ ਮੈਂ ਪਾਕਿਸਤਾਨ ਦੇ ਵਿੱਚ ਤੁਸੀਂ ਇਹ ਸ਼ਰਤੋਂ ਵੀ ਦੇਖੇ ਹੋਣਗੇ ਹੋਰ ਮੁ ਰੀਸੈਂਟ ਜਿਹੜਾ ਸਾਡਾ ਧਰਨਾ ਕਿਸਾਨ ਅੰਦੋਲਨ ਜਿਹੜਾ ਬਹੁਤ ਵੱਡਾ ਹੋਇਆ ਇੰਡੀਆ ਦਾ ਉਹਦੀ ਅੱਗੇ ਚੱਲ ਕੇ ਆਪਾਂ ਗੱਲ ਕਰਦੇ ਹੁਣ ਜਦੋਂ ਅਸੀਂ ਕੈਨੇਡਾ ਦੇ ਸੰਦਰਭ ਦੇ ਵਿੱਚ ਗੱਲ ਕਰਦੇ ਆਂ ਇਹ ਪ੍ਰੋਟੈਸਟ ਜਿਹੜੇ ਪਾਪ ਅਪ ਹੋ ਰਹੇ ਨੇ ਕੀ ਇਹ ਇਹ ਮੁਲਕ ਵਾਸਤੇ ਚੰਗੇ ਨੇ ਖਾਸ ਤੌਰ ਤੇ ਜੇਕਰ ਤੁਸੀਂ ਕੈਨੇਡਾ ਦੇ ਸੰਦਰਭ ਚ ਆਪਾਂ ਗੱਲ ਕਰੀਏ ਸਵਾਲ ਮੇਰੇ ਖਿਆਲ ਦੇ ਨਾਲ ਆਪਾਂ ਇਹਦੇ ਬਾਰੇ ਚਰਚਾ ਕਰਦੇ ਆਂ ਕਿ ਕਈ ਪ੍ਰੋਚਨ ਕੌਣ ਸਾਡੇ ਸਾਹਮਣੇ ਨਿਕਲ ਸਕਦੇ ਆਂ ਦੀ ਬਾਰੇ ਸੋ ਜਿਵੇਂ ਤੁਸੀਂ ਗੱਲ ਕੀਤੀ ਆ ਧਰਨੇ ਚੰਗੇ ਨੇ ਕੈਨੇਡਾ ਲਈ ਜਾਂ ਨਹੀਂ ਹੈਗੇ ਮੈਨੂੰ ਲੱਗਦਾ ਕਿ ਵੀ ਜਿਹੜੇ ਕੈਨੇਡਾ ਤੋਂ ਆਊਟਸਾਈਡਰ ਮੈ ਧਰਨੇ ਚੰਗੇ ਨੇ ਸਾਈਡ ਕਲੀਅਰ ਕਰ ਦੋ ਤੁਹਾਡੀ ਨਹੀਂ ਹੈਗੀ ਨਹੀਂ ਹੈਗੀ ਮੈਨੂੰ ਨਹੀਂ ਲੱਗਦਾ ਧਰਨੇ ਚੰਗੇ ਨੇ ਹੁਣ ਜ਼ਾਹਰ ਹੈ ਫਿਰ ਮੈਨੂੰ ਉਧਰ ਜਾਣਾ ਪੈਣਾ ਦੂਜੇ ਵਾਲੇ ਪਾਸੇ ਠੀਕ ਹੈ ਜੀ ਮੈਂ ਕਹਿੰਦਾ ਵੀ ਧਰਨੇ ਇਹ ਜਿਹੜੇ ਇਹਨਾਂ ਦਾ ਗੁੱਡ ਅਸਪੈਕਟ ਹੈ ਤੇ ਸੋ ਤੁਹਾਨੂੰ ਕੀ ਲੱਗਦਾ 905 790 55 55 ਜਦੋਂ ਅਸੀਂ ਲਾਈਨ ਰਿਲੀਜ਼ ਕੀਤੀ ਹੈ ਇਸ ਬ੍ਰੇਕ ਦੇ ਦੌਰਾਨ ਕਿ ਜਿਹੜੇ ਇਹ ਪ੍ਰੋਟੈਸਟ ਹੋ ਰਹੇ ਨੇ ਧਰਨੇ ਪਾਪਪ ਹੋ ਰਹੇ ਨੇ ਕੀ ਇਹ ਸਾਡੀ ਕੰਟਰੀ ਵਾਸਤੇ ਮੁਲਕ ਵਾਸਤੇ ਕੈਨੇਡਾ ਵਾਸਤੇ ਇਹ ਚੰਗੇ ਨੇ ਚੰਗੀ ਗੱਲ ਹੈ ਜਿਵੇਂ ਗੁੱਡ ਵਾਲੀ ਮੈਂ ਗੱਲ ਕਰਾਂ ਚੰਗਾ ਜਿਹੜਾ ਅਸਪੈਕਟ ਹੈ ਇਸ ਦਾ ਇੱਕ ਡੈਮੋਕਰੈਟਿਕ ਪ੍ਰੋਸੈਸਰ ਡੈਮੋਕਰੇਸੀ ਦਾ ਇੱਕ ਅਸਾ ਮੇਰੇ ਖਿਆਲ ਨਾਲ ਮੈਨੂੰ ਯਾਦ ਜਦੋਂ ਪੋਲੀਟੀਕਲ ਸਾਇੰਸ ਪੜ੍ਹਦੇ ਹੁੰਦੇ ਸੀ ਅਸੀਂ ਇੰਡੀਆ ਦੇ ਵਿੱਚ ਜਦੋਂ ਇਹਦੀ ਮਾਸਟਰਸ ਵੀ ਕੀਤੀ ਤਾਂ ਧਰਨੀਆ ਬਾਰੇ ਜਿਹੜਾ ਅੰਦੋਲਨਾਂ ਬਾਰੇ ਵੀ ਇੱਕ ਖਾਸ ਚੈਪਟਰ ਹੁੰਦਾ ਸੀ ਬਾਕਾਇਦਾ ਇਹ ਕਿਉਂ ਕੌਣ ਕਿਸ ਤਰ੍ਹਾਂ ਆਰਗੇਨਾਈਜ਼ ਕਰਨੇ ਪੋਲੀਟਿਕਸ ਦਾ ਪਾਰਟ ਹੈ ਕਿਉਂਕਿ ਡੈਮੋਕਰੈਟਿਕ ਪ੍ਰੋਸੈਸ ਦਾ ਇਹ ਇਹ ਲੋਕਾਂ ਦਾ ਇੱਕ ਹੱਕ ਵੀ ਹੈ ਰਾਈਟ ਵੀ ਹੈ ਜਿਹਦੇ ਵਿੱਚ ਇਹ ਹੈ ਕਿ ਜੇ ਕਿਸੇ ਗੱਲ ਨੂੰ ਕੋਈ ਗਰੁੱਪ ਹੈ ਕੋ ਨਹੀਂ ਖੁਸ਼ ਹੈ ਤਾਂ ਉਹ ਡੈਮੋਕ੍ਰੇਸੀ ਦੇ ਚੱਲਦੀਆਂ ਜਿਹੜਾ ਆਪਣੇ ਆਪ ਨੂੰ ਪੀਸਫੁਲੀ ਪੀਸਫੁਲੀ ਮੈਂ ਸ਼ਬਦ ਵਰਤਾਂਗਾ ਆਪਣੀ ਗੱਲ ਰੱਖ ਸਕਦੇ ਆ ਧਰਨੇ ਦੇ ਰੂਪ ਦੇ ਵਿੱਚ ਪ੍ਰੋਟੈਸਟ ਦੇ ਰੂਪ ਦੇ ਵਿੱਚ ਹੈ ਨਾ ਤੁਹਾਡੇ ਕੋਲ ਇੱਕ ਜਿਹੜਾ ਰਾਈਟ ਹੈ ਜੇ ਤੁਹਾਨੂੰ ਲੱਗਦਾ ਕਿ ਸਿਸਟਮ ਜਿਹੜਾ ਆ ਐਕਚੁਅਲੀ ਨਹੀਂ ਕੰਮ ਕਰ ਰਿਹਾ ਪ੍ਰੋਪਰ ਜਾਂ ਫਿਰ ਇਹ ਵੀ ਹੈ ਜੇ ਮੈਂ ਕੈਨੇਡੀਅਨ ਇੱਥੋਂ ਦੀ ਮੈਂ ਗੱਲ ਕਰਾਂ ਪ੍ਰੋਬਲਮ ਜੀ ਜੀ ਇੰਨੀਆਂ ਇਕੱਠੀਆਂ ਕਰ ਲਈ ਸਿਸਟਮ ਫੋਰਸ ਕਰ ਰਿਹਾ ਤੁਸੀਂ ਧਰਨੇ ਕਰੋ ਪ੍ਰੋਟੈਸਟ ਕਰੋ ਸੋ ਮੈਨੂੰ ਲੱਗਦਾ ਫਿਰ ਡੈਮੋਕ੍ਰੇਸੀ ਦਾ ਜੇ ਪ੍ਰੋਸੈਸ ਹੈ ਤਾਂ ਫਿਰ ਇਹਦੇ ਵਿੱਚ ਮਾਰੇ ਹੋਣ ਵਾਲੀ ਗੱਲ ਨਹੀਂ ਹੈ ਕੋਈ ਸੋ ਜਿਵੇਂ ਤੁਸੀਂ ਗੱਲ ਕੀਤੀ ਹੈ ਕਿ ਡੈਮੋਕ੍ਰੇਸੀ ਦਾ ਇਹ ਪ੍ਰੋਸੈਸ ਹੈਗਾ ਪਰ ਇਹ ਪ੍ਰੋਸੈਸ ਜਿਹੜਾ ਕੈਨੇਡੀਅਨ ਕੰਟੈਂਟ ਲਈ ਹੋਣਾ ਚਾਹੀਦਾ ਕੈਨੇਡਾ ਵਿੱਚ ਵਸਦੇ ਲੋਕਾਂ ਨੂੰ ਕੈਨੇਡਾ ਵਿੱਚ ਕਿਹੜੀਆਂ ਮੁਸ਼ਕਲਾਂ ਦਰਪੇਸ਼ ਆ ਰਹੀਆਂ ਨੇ ਉਹਨੂੰ ਤੁਸੀਂ ਪਬਲਿਕ ਤੱਕ ਗਵਰਨਮੈਂਟ ਤੱਕ ਪਹੁੰਚਾਉਣ ਲਈ ਤੁਸੀਂ ਉਹਦੇ ਲਈ ਕੀ ਜ਼ਰੀਆ ਯੂਜ਼ ਕਰ ਰਹੇ ਹੋ ਉਹ ਤੁਹਾਡਾ ਤੁਸੀਂ ਜੇ ਪ੍ਰੋਟੈਸਟ ਨੂੰ ਚੂਜ਼ ਕਰ ਰਹੇ ਹੋ ਤਾਂ ਉਹ ਤੋਂ ਪਹਿਲਾਂ ਵੀ ਕਈ ਉਹਦੇ ਪੜਾ ਹੋ ਸਕਦੇ ਨੇ ਜੇ ਤੁਹਾਨੂੰ ਲੱਗੇ ਕਿ ਸਰਕਾਰ ਤੁਹਾਡੀ ਨਹੀਂ ਸੁਣ ਰਹੀ ਤਾਂ ਪ੍ਰੋਟੈਸਟ ਕੁਡ ਬੀ ਦਾ ਲਾਸਟ ਰੀਜ਼ਨ ਕਿ ਤੁਸੀਂ ਉਸ ਨੂੰ ਪ੍ਰੋਟੈਸਟ ਤੱਕ ਲੈ ਕੇ ਜਾ ਸਕਦੇ ਹੋ ਦੂਜੀ ਗੱਲ ਆ ਜਦ ਤੱਕ ਤਾਂ ਅੰਦਰੂਨੀ ਮਾਮਲਿਆਂ ਦੀ ਗੱਲ ਆ ਤੁਹਾਨੂੰ ਲੱਗਦਾ ਕਿ ਸਰਕਾਰ ਤੁਹਾਡੀ ਹਰ ਹੁੱਕ ਐਂਡ ਬਾਈ ਹੁੱਕ ਐਂਡ ਕਰੁਕ ਤੁਸੀਂ ਕੁਝ ਵੀ ਕਰਨ ਦੀ ਕੋਸ਼ਿਸ਼ ਕੀਤੀ ਨਹੀਂ ਸੁਣ ਰਹੀ ਹੈਗੀ ਤਾਂ ਤੁਸੀਂ ਪ੍ਰੋਟੈਸਟ ਕਰ ਰਹੇ ਹੋ ਪਰ ਜਦੋਂ ਮਾਮਲੇ ਦੇਸ਼ ਤੋਂ ਬਾਹਰਲੇ ਦੇ ਮੁਲਕਾਂ ਤੇ ਹੁੰਦੇ ਆ ਉਹਨਾਂ ਮੁਲਕਾਂ ਨੂੰ ਲੈ ਕੇ ਕੈਨੇਡਾ ਵਿੱਚ ਪ੍ਰੋਟੈਸਟ ਹੁੰਦੇ ਆ ਤਾਂ ਇਹ ਦੇਸ਼ ਦੀ ਸ਼ਾਂਤੀ ਨੂੰ ਭੰਗ ਕਰਦੇ ਨੇ। ਹੂੰ। ਦੇਸ਼ ਦੇ ਵਿੱਚ ਆਪਾਂ ਕਹਿੰਦੇ ਆ ਕੈਨੇਡਾ ਇੱਕ ਇਹ ਜੀ ਕੰਟਰੀ ਆ ਜਿਹੜੀ ਇਮੀਗ੍ਰੈਂਟਸ ਦੀ ਕੰਟਰੀ ਆ। ਭਾਂਤ ਭਾਂਤੀ ਲੱਕੜੀ ਇੱਥੇ ਇਕੱਠੀ ਹੋਈ ਹੋਈ ਐ। ਹੂੰ ਹੂੰ। ਸੋ ਪਿੱਛੋਂ ਜਿੱਥੋਂ ਜਿੱਥੋਂ ਅਸੀਂ ਆਏ ਆ ਹਰ ਮੁਲਕ ਦੀਆਂ ਬਹੁਤ ਆਪਣੀਆਂ ਸਮੱਸਿਆਵਾਂ ਨੇ। ਉਹਨਾਂ ਸਮੱਸਿਆਵਾਂ ਨੂੰ ਲੈ ਕੇ ਵੀ ਜਿਵੇਂ ਹੁਣ ਅਸੀਂ ਕੈਨੇਡਾ ਵਿੱਚ ਪ੍ਰਦਰਸ਼ਨ ਕਰਨੇ ਸ਼ੁਰੂ ਕਰ ਦਈਏ ਤਾਂ ਫਿਰ ਮੈਨੂੰ ਲੱਗਦਾ ਕਿ ਹਰ ਚੱਪੇ ਚੱਪੇ ਤੇ ਪ੍ਰਦਰਸ਼ਨ ਹੀ ਦਿਖਣਗੇ। ਹੂੰ। ਆ ਸਭ ਕੁਝ ਸੁਣੀ ਇਹਨੇ ਮੈਂ ਨਾਲ ਹੀ ਪੜਕੇ ਨਾ ਬਨਤਨ ਜੀ ਦਾ ਪਕੋਲਸ ਅਪਾਉਂਡਰ ਕਰਦੇ ਆ ਰਾਜਨ ਜੀ ਰਾਜਵੀਰ ਜੀ ਇੰਦਰਪ੍ਰੀਤ ਜੀ ਬਸ ਆ ਗਿਆ ਤੁਹਾਡੇ ਕੋਲ ਸਾਡਾ ਸਵਾਲ ਤੁਹਾਡੇ ਤੇ ਹੀ ਹੈ ਕਿ ਜਿਹੜੇ ਕੈਨੇਡਾ ਚ ਪ੍ਰੋਟੈਸਟ ਹੋ ਰਹੇ ਨੇ ਸਿਰਫ ਆ ਰੀਸੈਂਟ ਹੈ ਇਹਦਾ ਨਿਊਜ਼ ਪੈਕੇਜ ਤੋਂ ਪਿਛਲੇ ਵੀ ਚੱਕ ਲੋ ਇਹ ਜਿਹੜੇ ਧਰਨੇ ਹੋਣੇ ਆ ਕਿ ਸਾਡੇ ਕੈਨੇਡਾ ਕੰਟਰੀ ਵਾਸਤੇ ਇਹ ਚੰਗੇ ਨੇ ਆ ਮਨਜਿੰਦਰ ਕੌਰ ਹੁਣ ਇਹ ਕਹਿੰਦੇ ਨੇ ਕਿ ਨਹੀਂ ਨਾਟ ਗੁੱਡ ਐਂਡ ਤੇ ਤੁਹਾਡੇ ਵਾਲੀ ਗੱਲ ਸੋ ਪ੍ਰੋਟੈਸਟ ਜਿਹੜੇ ਆ ਖਾਸ ਤੌਰ ਤੇ ਇੱਕ ਸਾਡੇ ਦੋਸਤ ਨੇੜਾ ਤੇ ਜ਼ਿਕਰ ਕੀਤਾ ਹੈ ਵੀ ਜਸਟੀਫਾਈਡ ਨੇ ਤੁਹਾਡੇ ਵਾਲੀ ਗੱਲ ਹੈ ਵੀ ਐਸ ਲੌਂਗ ਐਸ ਜਿਹੜੇ ਲੋਕਲ ਮੁੱਦਿਆਂ ਦੇ ਨਾਲ ਕੈਨੇਡਾ ਦੇ ਨਾਲ ਹੈਗੇ ਆ ਜੀ ਤੇ ਰਜਿੰਦਰ ਹੁਣਾਂ ਨੇ ਇਸ ਖਾਸ ਤੌਰ ਤੇ ਟੌਪਿਕ ਦਾ ਜ਼ਿਕਰ ਕੀਤਾ ਹੋਇਆ ਵੀ ਇਹਦੇ ਵਿੱਚ ਜਿਹੜੇ ਸਟੂਡੈਂਟਸ ਆ ਐਬਸੋਲੂਟਲੀ ਰਾਈਟ ਇਹਦੇ ਵਿੱਚ ਉਹਨਾਂ ਨੇ ਜਿਹੜਾ ਜ਼ਿਕਰ ਕੀਤਾ ਸੋ ਐਂਡ ਐਂਡ ਥਿਸ ਇਜ਼ ਅ ਨਿਊ ਟ੍ਰੈਂਡ ਐਂਡ ਕੈਨੇਡੀਅਨ ਸਿਟਿੰਗ ਔਨ ਸੋਸ਼ਲ ਮੀਡੀਆ ਹੈਵ ਨੋ ਆਈਡੀਆ ਥਿਸ ਇਜ਼ ਅ ਨਿਊ ਫਰਾਡਰ ਫੋਰ ਸਟੂਡੈਂਟਸ ਸੋ ਮਨ ਮੇਰੇ ਖਿਆਲ ਨਾਲ ਜਸਟੀਫ ਤੁਸੀਂ ਕਿਵੇਂ ਲੈਂਦੇ ਹੋ ਤੁਹਾਡਿਆਂ ਨੂੰ ਕੈਨੇਡਾ ਵਾਸਤੇ ਚੰਗੇ ਨੇ ਜਾਂ ਫਿਰ ਨਹੀਂ 90579055555 ਦੇ ਸੰਬੰਧ ਗੱਲ ਤੁਸੀਂ ਕਰ ਸਕਦੇ ਹੋ ਰਾਜਨ ਜੀ ਤੁਹਾਨੂੰ ਕੀ ਲੱਗਦਾ ਇਹਨਾਂ ਪ੍ਰੋਟੈਸਟ ਬਾਰੇ ਇਹਨਾਂ ਅੰਦੋਲਨਾਂ ਬਾਰੇ ਹਾਂਜੀ ਇਹ ਬਹੁਤ ਜ਼ਰੂਰੀ ਆ ਹੋਣੇ ਚਾਹੀਦੇ ਆ ਪਰ ਇਹਨਾਂ ਨੇ ਸਿਸਟਮ ਇਦਾਂ ਦਾ ਬਣਾਤਾ ਜੇ ਤੁਹਾਡੇ ਕੋਲ ਟਾਈਮ ਹੀ ਨਹੀਂ ਕਿਸ ਤੋਂ ਹੂੰ ਹੂੰ ਜੀ ਮਤਲਬ ਆਪਣੇ ਆਪ ਦੇਖੋ ਤੁਸੀਂ ਆਪਣੇ ਇੱਕ ਇੰਨੀਆ ਮਤਲਬ ਤੁਹਾਨੂੰ ਬਿਜ਼ੀ ਰੱਖਿਆ ਹੈ ਇਹਨਾਂ ਨੇ ਤੁਸੀਂ ਤੁਹਾਡਾ ਦੇ ਹੀ ਨਹੀਂ ਸਕਦੇ ਕਿਹੜਾ ਬੰਦਾ ਟਾਈਮ ਕੱਢੂਗਾ ਹੂੰ 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 ਕਈ ਧਾਰਨਾ ਵੀ ਦਿੰਦੇ ਆ ਕਿਤੇ 5-7 10 ਬੰਦੇ ਹੁੰਦੇ ਆ ਕੋਈ ਮੈਜੋਰਟੀ ਆਫ ਪੀਪਲ ਤਾਂ ਹੁੰਦੇ ਹੀ ਨਹੀਂ ਇਹ ਬਹੁਤ ਜ਼ਰੂਰੀ ਆ ਕਿ ਸਾਨੂੰ ਜਗਾਉਣਾ ਕਮੈਂਟਾਂ ਨੂੰ ਆਪਣੇ ਰਾਈਟ ਦੱਸਣੇ ਇਹ ਨਹੀਂ ਹੋਊਗਾ ਤਾਂ ਫਿਰ ਡੈਮੋਕ੍ਰੇਸੀ ਨਹੀਂ ਆਗੀ ਆ ਤੁਸੀਂ ਇੱਕ ਪੱਤਰਕਾਰ ਹੀ ਆ ਉਹਨ ਮਾੜੀ ਕਿ ਗਾਲੀ ਪੁੱਛੀ ਆ ਉਹਨੂੰ ਇੱਕ ਤਰ੍ਹਾਂ ਅਰੈਸਟ ਕਰ ਲਿਆ ਜੇ ਧਾਰਨੇ ਵੀ ਜ਼ਿਆਦਾ ਵੀ ਹੋਣ ਲੱਪਣਗੇ ਤੇ ਤੁਸੀਂ ਮਤਲਬ ਉਹ ਉਹਨਾਂ ਨੂੰ ਅਰੈਸਟ ਕਰਨਗੇ ਪ੍ਰੋਬਲਮਸ ਆਉਣਗੀਆਂ ਪਰ ਇਹ ਬਹੁਤ ਜ਼ਰੂਰੀ ਆ ਜਗਾਉਣ ਲਈ ਜੀ ਜਿਵੇਂ ਤੁਸੀਂ ਕਹਾਂ ਰਾਜਨ ਜੀ ਕਿ ਇਹ ਜ਼ਰੂਰੀ ਹੈ ਜਗਾਉਣ ਦੇ ਲਈ ਪਰ ਜੇਕਰ ਹੁਣ ਜਿਵੇਂ ਪਾਕਿਸਤਾਨ ਚ ਕੀ ਹੋ ਰਿਹਾ ਹੈ ਜਾਂ ਭਾਰਤ ਵਿੱਚ ਕੀ ਹੋ ਰਿਹਾ ਹੈ ਹੁਣ ਯੂਕਰੇਨ ਚ ਜਾਂ ਫਿਲਸਤੀਨ ਚ ਕੀ ਹੋ ਰਿਹਾ ਉਹਨੂੰ ਲੈ ਕੇ ਉੱਥੇ ਲੋਕੀ ਪ੍ਰਦਰਸ਼ਨ ਕਰ ਰਹੇ ਹਨ ਉੱਥੇ ਪਿੱਛੋਂ ਜਿਵੇਂ ਭਾਰਤ ਤੋਂ ਆਈਆਂ ਲੋਕੀ ਟੈਂਕੀ ਤੇ ਚੜ ਜਾਂਦੇ ਸੀ ਆਂਗਣਵਾੜੀ ਵਰਕਰਸ ਹੋਣ ਟੀਚਰਸ ਹੋਣ ਉੱਥੇ लाठी चार्ज ਹੁੰਦਾ ਸੀ ਉੱਥੇ ਪ੍ਰੋਟੈਸਟ ਹੁੰਦਾ ਸੀ ਉਹ ਤਾਂ ਤੁਸੀਂ ਉੱਥੇ ਤਾਂ ਜਸਟੀਫਾਈ ਕਰ ਸਕਦੇ ਹੋ ਕਿ ਉੱਥੇ ਉਹਨਾਂ ਦੇ ਰਾਈਟਸ ਦੇ ਨਾਲ ਖਿਲਵਾੜ ਹੋ ਰਿਹਾ ਤਾਂ ਉੱਥੇ ਉਹ ਪ੍ਰੋਟੈਸਟ ਕਰ ਰਹੇ ਨੇ ਪਰ ਜੇ ਉਧਰਲੇ ਕੰਟੈਂਟ ਲਈ ਇੱਥੇ ਕੈਨੇਡਾ ਦੀ ਧਰਤੀ ਨੂੰ ਯੂਜ਼ ਕੀਤਾ ਜਾ ਰਿਹਾ ਪ੍ਰੋਟੈਸਟ ਕਰਨ ਦੇ ਲਈ ਇਹਨੂੰ ਤੁਸੀਂ ਕਿਵੇਂ ਜਸਟੀਫਾਈ ਕਰ ਰਹੇ ਹੋ ਕੈਨੇਡੀਅਨਸ ਦੇ ਆਪਦੇ ਬਹੁਤ ਸਾਰੇ ਮੁੱਦੇ ਹੈਗੇ ਜਿਦੇ ਉੱਤੇ ਗੱਲ ਕੀਤੀ ਜਾ ਸਕਦੀ ਹੈ ਜੇ ਅਸੀਂ ਇਸ ਮੁਲਕ ਵਿੱਚ ਆਏ ਆ ਤਾਂ ਇਸ ਲਈ ਆਏ ਆ ਅਸੀਂ ਪਿਛਲੇ ਮੁੱਦੇ ਇਹਨੂੰ ਪਿੱਛੇ ਹੀ ਛੱਡ ਕੇ ਇੱਥੇ ਆਪਣੇ ਮੁੱਦਿਆਂ ਦੀ ਗੱਲ ਕਿਉਂ ਨਹੀਂ ਕਰਦੇ ਇਹਦੇ ਵਿੱਚ ਇਹ ਵੀ ਆ ਤਰਨਜੀਤ ਰਾਜਨਜੀਤ ਬਹੁਤ-ਬਹੁਤ ਸ਼ੁਕਰੀਆ ਸਾਡੀ ਕਾਲ ਦੇ ਵਾਸਤੇ ਮੈਂ ਇਸੇ ਗੱਲ ਦਾ ਮ ਖਾਸ ਤੌਰ ਤੇ ਜਿਵੇਂ ਇੱਕ ਅਸੀਂ ਤੁਸੀਂ ਜਿਵੇਂ ਜ਼ਿਕਰ ਕੀਤਾ ਪਤਾ ਹੀ ਸਾਨੂੰ ਇਸ ਗੱਲ ਦਾ ਵੀ ਜਿਹੜੀ ਸਾਡੇ ਇੱਥੇ ਮਾਈਗ੍ਰੇਸ਼ਨ ਵੱਡੇ ਪੱਧਰ ਤੇ ਇਮੀਗਰੈਂਟਸ ਅਸੀਂ ਆਏ ਹੋਏ ਆ। ਆ ਖਾਸ ਤੌਰ ਤੇ ਜਿਹੜੀ ਫਸਟ ਸੈਕੰਡ ਜਨਰੇਸ਼ਨ ਹੈਗੀ ਆ ਰੂਟਸ ਦੇ ਨਾਲ ਚੰਗੀ ਤਰ੍ਹਾਂ ਜੁੜੀ ਹੋਈ ਹੈ। ਸੋ ਕਈ ਵਾਰੀ ਇਹ ਹੁੰਦਾ ਕਿ ਉੱਥੇ ਦਾ ਮੀਂਹ ਪਿਆ ਸਾਨੂੰ ਇੱਥੇ ਬੱਕ ਕਰਦਾ ਬੌਦਰ ਕਰਦਾ ਮੇਰਾ ਕੋਠਾ ਖਰਾਬ ਹੋ ਗਿਆ ਜਾਂ ਕੁਝ ਵੀ ਹੋ ਗਿਆ ਇਹ ਚੀਜ਼ਾਂ ਬੌਦਰ ਕਰਦੀਆਂ। ਜਿਹੜੀ ਇਹ ਗੱਲ ਹੈ ਬਿਸ਼ੱਕ ਜਿਵੇਂ ਹੁਣ ਕਿਸਾਨ ਅੰਦੋਲਨ ਦਾ ਮੈਂ ਜ਼ਿਕਰ ਕਰਾਂਗਾ ਇਹ ਬਿਸ਼ੱਕ ਉਹ ਲੋਕਲ ਉਥੋਂ ਦਾ ਜਿਹੜਾ ਮੁੱਦਾ ਸੀਗਾ ਪਰ ਇੱਥੇ ਵੱਡੇ ਪੱਧਰ ਤੇ ਮੈਂ ਜਿਸ ਵੇਲੇ ਅੰਦੋਲਨ ਹੋਇਆ ਅਸੀਂ ਤਾਂ ਖੈਰ ਇੱਥੋਂ ਹੀ ਦੇਖਿਆ ਸਾਰਾ ਨਾ ਸਾਡੀ ਜ਼ਿੰਦਗੀ ਦਾ ਮੇਰੀ ਜ਼ਿੰਦਗੀ ਦਾ ਸਭ ਤੋਂ ਵੱਡਾ ਅੰਦੋਲਨ ਜਿਹੜਾ ਮੈਂ ਮੀਡੀਆ ਕਵਰੇਜ ਦੇਖਿਆ ਮੇਰੀ ਜ਼ਿੰਦਗੀ ਦਾ ਇਹੀ ਹੈ ਇਸ ਤੋਂ ਪਹਿਲਾਂ ਮੈਂ ਸੁਨੇ ਇਤਿਹਾਸ 'ਚ ਪੜ੍ਹੇ ਨੇ ਜੀ ਐਸ ਦੇ ਇੱਥੇ ਮੈਨੂੰ ਯਾਦ ਹੈ ਉਸ ਵੇਲੇ ਮੇਰੇ ਕੋ ਇੰਟਰਨੈਸ਼ਨਲ ਸਟੂਡੈਂਟਸ ਕੋ ਜਾਇਸੇ ਨਾ ਉਸ ਵੇਲੇ ਸਟੂਡੀਓ ਦੇ ਵਿੱਚ ਜੇ ਸਮੁੰਦਰੋਂ ਪਾਰ ਸ਼ੋ ਹੋ ਸੀਗਾ ਤੇ ਮੈਂ ਉਹ ਡਾਊਨਟਾਊਨ ਦੇ ਵਿੱਚ ਜਾ ਕੇ ਨਾ ਕੁਝ ਇੱਕ ਜਿੱਦਾਂ ਗਰੁੱਪ ਬਣਾ ਕੇ ਉਹਨਾਂ ਨੇ ਬਚੇ ਉਹ ਅੰਦੋਲਨ ਅਸੀਂ ਸਾਰੇ ਸ਼ਾਮਿਲ ਸੀਗੇ ਉਹਦੇ ਵਿੱਚ ਹਾਲਾਂਕਿ ਮੁੱਦਾ ਉੱਥੇ ਦਾ ਹੈ ਜੋ ਵੀ ਲਰ ਮੈਂ ਉਹਨੂੰ ਪੁੱਛਿਆ ਵੀ ਫੀਡਬੈਕ ਕੀ ਹੈ ਉਹ ਕਹਿੰਦੇ ਸਾਨੂੰ ਬਹੁਤ ਸਾਰੇ ਜਿਹੜੇ ਜਿਹੜੋਂ ਕਹਿੰਦੇ ਅਸੀਂ ਗੱਲ ਕਰਦੇ ਇੱਥੋਂ ਦੇ ਗੋਰਿਆਂ ਦੇ ਨਾਲ ਜਾਂ ਹੋਰ ਕਮਿਊਨਿਟੀਜ਼ ਦੇ ਨਾਲ ਅਸੀਂ ਗੱਲ ਕਰਦੇ ਆ ਉਹ ਕਹਿੰਦੇ ਸਾਨੂੰ ਇਸ ਮੁੱਦੇ ਦਾ ਪਤਾ ਹੀ ਨਹੀਂ ਹਾਲਾਂਕਿ ਵਰਲਡਵਾਈਡ ਮੀਡੀਆ ਕਵਰੇਜ ਦੇ ਵਿੱਚ ਹੈ ਹੁਣ ਉਹ ਬਿਸ਼ੱਕ ਨਹੀਂ ਵੀ ਸੀ ਪਰ ਉਹਦੇ ਨਾਲ ਕੀ ਹੋਇਆ ਕਿ ਇੱਕ ਤਰ੍ਹਾਂ ਦੇ ਨਾਲ ਜਿਹੜੇ ਇੱਕ ਤਾਂ ਇਹਨਾਂ ਲੋਕਾਂ ਨੂੰ ਪਤਾ ਲੱਗਾ ਹੁਣ ਦੂਜਾ ਖਾਸ ਤੌਰ ਤੇ ਇੱਥੋਂ ਕਈ ਪੋਲਿਟੀਕਲ ਸਟੇਟਮੈਂਟਸ ਵੀ ਉੱਥੇ ਗਈਆਂ ਇਸ ਚੀਜ਼ ਦੇ ਨਾਲ ਹੁਣ ਠੀਕ ਹੈ ਪੋਲਿਟਿਕਸ ਕਿਵੇਂ ਲੈਂਦੀ ਹੈ ਦੈਟਸ ਅ ਡਿਫਰੈਂਟ ਸਟੋਰੀ ਪਰ ਇਹ ਜਿਹੜੇ ਮੁੱਦੇ ਬਿਸ਼ੱਕ ਬਿਸ਼ੱਕ ਮੁੱਦਾ ਉਹਨਾਂ ਮੁਲਕਾਂ ਦਾ ਹੀ ਹੈ ਪਰ ਮੁੱਦਾ ਬਹੁਤ ਵੱਡਾ ਸੀ ਸੋ ਉਹ ਚੱਕਣ ਦੇ ਨਾਲ ਕਿਤੇ ਨਾ ਕਿਤੇ ਅਸਰ ਜ਼ਰੂਰ ਪੈਂਦਾ ਇਹਨਾਂ ਦਾ ਸੋ ਜਿਵੇਂ ਤੁਸੀਂ ਕਿਹਾ ਕਿ ਚੱਕਣ ਨਾਲ ਅਸਰ ਤਾਂ ਜ਼ਰੂਰ ਪੈਂਦਾ ਪਰ ਤੁਸੀਂ ਇਹ ਵੀ ਦੇਖੋ ਕਿ ਕੈਨੇਡਾ ਦੇ ਫਿਰ ਰਿਸ਼ਤੇ ਜਿਹੜੇ ਆ ਭਾਰਤ ਦੇ ਨਾਲ ਜੇ ਅਸੀਂ ਕੂਟਨੀਤਿਕ ਰਿਸ਼ਤਿਆਂ ਦੀ ਗੱਲ ਕਰੀਏ ਉਹ ਕਿੱਧਰ ਨੂੰ ਗਈ ਹੈ ਐਂਡ ਸੈਕੰਡਲੀ ਕੁਝ ਕਮਿਊਨਿਟੀਜ਼ ਜਿਹੜੀਆਂ ਕਿ ਇੱਥੇ ਰਹਿੰਦੀਆਂ ਨੇ ਬਿਲੋਂਗ ਪਿੱਛੇ ਭਾਰਤ ਨੂੰ ਕਰਦੀਆਂ ਨੇ ਆਪਸ ਦੇ ਵਿੱਚ ਕੁਝ ਇਹ ਜੀਆਂ ਗੱਲਾਂ ਹੋਈਆਂ ਕਿ ਏ ਕਿਆ ਕਿਆ ਕਿ ਕੈਨੇਡਾ ਦੀ ਧਰਤੀ ਦਾ ਇਸਤੇਮਾਲ ਐਨਟੀਈ ਐਕਟੀਵਿਟੀਆਂ ਲਈ ਕੀਤਾ ਜਾ ਰਿਹਾ ਕਿਸੇ ਮੁਲਕ ਨੂੰ ਲੈ ਕੇ ਤਾਂ ਕੁਝ ਭਾਈਚਾਰਿਆਂ ਵਿੱਚ ਆਪਸ ਵਿੱਚ ਇਸ ਚੀਜ਼ ਨੂੰ ਲੈ ਕੇ ਨਫ਼ਰਤ ਵੀ ਬਹੁਤ ਜ਼ਿਆਦਾ ਵਧੀ ਹੈ ਜੇ ਹੁਣ ਅਸੀਂ ਤੁਸੀਂ ਜਿਵੇਂ ਕਿਸਾਨ ਆंदोलਨ ਦੀ ਗੱਲ ਕੀਤੀ ਹੈ ਮੈਂ ਫਿਲਸਤੀਨ ਤੇ ਗਾਜ਼ਾ ਦੀ ਜਿਵੇਂ ਗੱਲ ਕਰਾਂ ਤਾਂ ਇਸ ਵਕਤ ਇਹਨੂੰ ਲੈ ਕੇ ਜੋ ਇੱਥੇ ਪ੍ਰੋਟੈਸਟ ਕੀਤੇ ਜਾ ਰਹੇ ਨੇ ਇੱਥੇ ਦੋ ਭਾਈਚਾਰਿਆਂ ਵਿੱਚ ਆਪਸ ਦੇ ਵਿੱਚ ਜਿੰਨਾ ਜ਼ਿਆਦਾ ਹੇਟ ਕਰਾਇਮ ਵਧ ਚੁੱਕਿਆ ਅਸੀਂ ਖੁਦ ਇਹਦੇ ਬਾਰੇ ਡੇਟਾਸ ਆਪਾਂ ਗੱਲਬਾਤ ਕਰਦੇ ਆਂ ਆਪਾਂ ਇਹਦੇ ਬਾਰੇ ਖਬਰਾਂ ਬਾਤ ਕਰਦੇ ਆਂ ਚਾਹੇ ਉਹ BC ਹੋਵੇ ਤੇ ਚਾਹੇ ਉਹ ਟੋਰਾਂਟੋ ਹੋਵੇ ਨਫ਼ਰਤੀ ਅਪਰਾਧ ਦੇ ਵਿੱਚ ਵੀ ਵਾਧਾ ਬਹੁਤ ਜ਼ਿਆਦਾ ਹੋਇਆ ਤੇ ਇਹ ਭਾਈਚਾਰਿਆਂ ਨੂੰ ਵੀ ਆਪਸ ਵਿੱਚ ਕੈਨੇਡਾ ਵਿੱਚ ਵੰਡ ਰਿਹਾ ਇਹਨੂੰ ਆਪਾਂ ਅੱਗੇ ਚੱਲ ਕੇ ਹੋਰ ਖੋਲਦਾ ਫਿਰ ਜ਼ਹਿਨ ਦੇ ਵਿੱਚ ਇੱਕ ਹੋਰ ਆਈਸੀ ਗੱਲ ਇਹਦੇ ਨਾਲ ਜੁੜੀ ਹੋਈ ਸੋ ਕਾਸਿਮ ਹੁਣ ਦੱਸ ਨਹੀਂ ਹੈ ਔਰ ਡੈਫੀਨਿਟਲੀ ਕਹਿੰਦੇ ਨੇ ਤਰਨਜੀਤ ਇਸ ਗੁੱਡ ਪੁਆਇੰਟ ਜਿਹੜਾ ਤੁਸੀਂ ਜ਼ਿਕਰ ਕੀਤਾ ਐਂਡ ਕੋਈ ਸੈਂਸ ਨਹੀਂ ਬਣਦੀ ਖਾਸ ਤੌਰ ਤੇ ਲੋਕਲ ਮੁੱਦਿਆਂ ਨਾਲ ਜਿਹੜੀ ਜ਼ਿਕਰ ਕੀਤਾ ਬਾਹਰਲੇ ਮੁੱਦਿਆਂ ਦਾ ਸੋ ਨਵਤੇਜ ਹੁਣਾਂ ਨੇ ਵੀ ਇਹੀ ਚੀਜ਼ ਦਾ ਜ਼ਿਕਰ ਕੀਤਾ ਹੈਗਾ ਕਿ ਜਿਹੜੇ ਠੀਕ ਐ ਔਰ ਉਹਨੇ ਕਿਹਾ ਕਿ ਆਊਟ ਆਫ ਕੰਟਰੀ ਪ੍ਰੋਬਲਮਸ ਜਿਹੜੇ ਪ੍ਰੋਟੈਸਟ ਐ ਗਵਰਨਮੈਂਟ ਸ਼ੁੱਡ ਹੈਵ ਟੂ ਸਟਾਪ ਥੈਮ ਐਂਡ ਇਟ ਡੋਜ਼ਨਟ ਮੈਟਰ ਵਿਚ ਕੰਟਰੀ ਐ ਇਹਨਾਂ ਨੇ ਜਿਹੜੀ ਆ ਤੁਹਾਡੀ ਗੱਲ ਤੇ ਜਿਹੜੀ ਸਟੈਂਪ ਲਾਈ ਐ ਸੋ ਮੈਂ ਹੁਣ ਬ੍ਰੇਕ ਤੇ ਜਾਣ ਤੋਂ ਪਹਿਲਾਂ ਮੈਂ ਰਾਜਵੀਰ ਹੁਣ ਇੰਟਰਨਲ ਵਰਸਲ ਜਿਹੜੇ ਐਕਸਟਰਨਲ ਮੈਟਰ ਹੈ ਉਹ ਵੀ ਲਓ ਲੋਕਲ ਮੈਟਰ ਵੀ ਇਹਦੇ ਵਿੱਚ ਲੈ ਕੇ ਆਓ ਕਿਉਂਕਿ ਸਾਡੀ ਡਿਬੇਟ ਹੈ ਜਿਹੜੀ ਇਹਨੂੰ ਅਸੀਂ ਮੈਂ ਬ੍ਰਾਡ ਕਰਨਾ ਚਾਹੁੰਦਾ ਥੋੜਾ ਹੋਰ ਇਹ ਮੁੱਦਾ ਵੀ ਲਾਓ ਹੋਰ ਮੁੱਦੇ ਵੀ ਚੱਕਿਓ ਓਵਰਆਲ ਸੋਚਿਓ ਕਿ ਧਰਨੀ ਜਿਹੜੇ ਕੈਨੇਡਾ ਵਾਸਤੇ ਪ੍ਰੋਟੈਸਟ ਆ ਇਹ ਚੰਗੇ ਹਨ ਜਾਂ ਫਿਰ ਨਹੀਂ 905790555555 ਰਾਜਵੀਰ ਸਵਾਗਤ ਤੁਹਾਡਾ ਸ਼ੋਅ ਦੇ ਵਿੱਚ ਸਤਿ ਸ੍ਰੀ ਅਕਾਲ ਜੀ ਰਾਤ ਸੀ ਗੱਲ ਜੀ ਸਰ ਗੱਲ ਇਦਾਂ ਆ ਹੁਣ ਸਟੂਡੈਂਟ ਮੈਂ ਐਗਜ਼ਾਮਪਲ ਦੇ ਰਿਹਾ ਜਿਹੜਾ 에어ਪੋਰਟ ਰੋਡ ਤੇ ਜਿਹੜਾ ਇੱਕ ਪ੍ਰੋਟੈਸਟ ਹੋਇਆ ਸੀਗਾ ਜਦੋਂ ਸਟੂਡੈਂਟਸ ਨੂੰ ਰਿਪੋਰਟ ਕੀਤਾ ਜਾ ਰਿਹਾ ਸੀਗਾ ਰਾਈਟ ਹਾਂ ਬਿਲਕੁਲ ਐਸੀ ਮੁੱਦਾ ਰਾਈਟ ਹੁਣ ਉਦੋਂ ਦੇਖੋ ਮੇਰਾ ਮੈਨੂੰ ਸੀਗਾ ਕਿ ਸਟੂਡੈਂਟਸ ਗਲਤ ਹੋ ਸਕਦੇ ਆ ਰਾਈਟ ਬਟ ਭਾਜੀ ਉਸ ਟਾਈਮ ਕੀ ਹੋਇਆ ਸੀਗਾ ਜਿਹੜੇ ਹੁਣ ਜਦੋਂ ਬਾਰਡਰ ਤੇ ਜਦੋਂ ਜਾਈਏ ਉਹਨਾਂ ਕੋਲ ਦੇ ਕੈਨ ዱ ਐਨੀਥਿੰਗ ਯੋ ਕਿ ਉਹ ਸਾਡਾ ਪਾਸ ਹਿਸਟਰੀ ਸਾਡਾ ਕੁਝ ਫਰੋਲ ਸਕਦੇ ਨੇ ਤੇ ਜਦੋਂ ਸਟੂਡੈਂਟ ਇੱਥੇ ਆ ਰਹੇ ਸੀਗੇ ਕਿ ਉਹਨਾਂ ਨੇ ਉਸ ਟਾਈਮ ਕਿਉਂ ਨਹੀਂ ਦੇਖਿਆ ਕਿ ਇਹ ਕੋਲੇਜ ਰਜਿਸਟਰ ਨਹੀਂ ਹੋਏਗਾ ਜਾਂ ਇਹ ਕੋਲੇਜ ਦੇ ਨਾਲ ਇਸ਼ੂ ਹੋਏਗਾ ਕੋਈ ਨਾ ਕੋਈ ਰਾਈਟ ਜਦੋਂ ਪੀਆਰ ਲਈ ਅਪਲਾਈ ਉਹਨਾਂ ਨੇ ਕੀਤਾ ਉਦੋਂ ਕਿ ਉਹਨਾਂ ਨੇ ਫਾਈਂਡ ਆਊਟ ਕੀਤਾ ਚਲੋ ਰਾਜਵੀਦੀ ਆਪਾਂ ਇਸ ਮੁੱਦੇ ਨੂੰ ਆਪਾਂ ਇੱਥੇ ਰੱਖੀ ਮੈਂ ਤੁਹਾਡੇ ਕੋਲ ਵਾਪਸ ਆ ਰਹੇ ਹਾਂ ਦੇ ਹੋਲ ਰੱਖਿਓ ਛੱਡ ਦਿਓ ਇਹ ਜਿਹੜਾ ਛੱਡ ਦਿਓ ਇਹ ਜਿਹੜਾ ਉਹਨਾਂ ਬੱਚਿਆਂ ਦਾ ਮੁੱਦਾ ਸੀ ਸਪੋਜ਼ ਇੱਥੋਂ ਦੇ ਮੈਂ ਕਿ ਕਿਸ ਐਂਗਲ ਤੋਂ ਇਹਨੂੰ ਫੜਾਂ ਵੀ ਸਪੋਜ਼ ਇਹ ਮੁੱਦਾ ਜਿਹੜਾ ਕੋਈ ਵੀ ਇੱਥੇ ਦੇ 10 ਬੰਦੇ ਖੜੇ ਨੇ ਅੱਜ ਜਿਵੇਂ ਲੋਕਲ ਮੁੱਦੇ ਦੇ ਉੱਤੇ ਗੱਲ ਕੀਤੀ ਚਲੋ ਇੱਕ ਮੈਂ ਲੋਕਲ ਮੁੱਦਾ ਦੇ ਰਿਹਾ ਤੁਹਾਨੂੰ ਲੋਕਲ ਮੁੱਦਾ ਇਹ ਹੈ ਕਿ ਸਾਡੀ ਆਟੋ ਇੰਸ਼ੋਰੈਂਸ ਬਹੁਤ ਜ਼ਿਆਦਾ ਹਾਈ ਵਧ ਗਈ ਐ ਇਸ ਵੇਲੇ ਠੀਕ ਹੈ ਰਾਜਵੀਰ ਜੀ ਬਿਲਕੁਲ ਤੁਹਾਨੂੰ ਮੁੱਦੇ ਤੋਂ ਮੈਂ ਹਟਾ ਰਿਹਾ ਉਹ ਛੱਡ ਦਿਓ ਇੱਧਰ ਆ ਜਾਓ ਹੁਣ 10 15 20 ਬੰਦੇ 50 ਬੰਦੇ ਧਰਨਾ ਲਾ ਕੇ ਖੜੇ ਆ ਉਹ ਕੈਨੇਡਾ ਵਾਸਤੇ ਜਸਟੀਫਾਈਡ ਹੈ ਕਿ ਨਹੀਂ ਭਾਜੀ ਪ੍ਰੋਟੈਸਟ ਜੇ ਪੀਸਫੁਲ ਹੈ ਓਕੇ ਬਟ ਇੱਕ ਪ੍ਰੋਟੈਜ ਅ ਯੂਨਿਟੀ ਵੀ ਦਿਖਾਂਦਾ ਹੈ ਕਿ ਯੂ نو ਇੱਕ ਮਾਸ ਇੱਕ ਅਫੈਕਟ ਹੋਇਆ ਹੈ ਮਾਸ ਆਫ ਪੀਪਲ ਨੂੰ ਇੱਕ ਕਾਨੂੰਨੀ ਦੋ ਜਣਿਆਂ ਨੂੰ ਨੇ ਮਾਸ ਆਫ ਪੀਪਲ ਆਰ ਗੈਟਿੰਗ ਅਫੈਕਟਡ ਤਾਂ ਹੀ ਕਰਕੇ ਉਹਨਾਂ ਨੇ ਯੂਨਿਟੀ ਕੀਤੀ ਹੈ ਤਾਂ ਹੀ ਕਰਦੇ ਹੋ ਆਪਣੀ ਆਵਾਜ਼ ਸੁਣਾਣਾ ਚਾਹੁੰਦੇ ਨੇ ਕਿਸੇ ਨਾ ਕਿਸੇ ਤਰੀਕੇ ਨਾਲ ਸੋ ਜਿਵੇਂ ਤੁਸੀਂ ਯੂਨਿਟੀ ਦੀ ਗੱਲ ਕੀਤੀ ਹੈ ਸਰ ਤੁਸੀਂ ਗੱਲ ਕੀਤੀ ਹੈ ਧਰਨਿਆਂ ਦੇ ਬਾਰੇ ਵਿੱਚ ਵੀ ਜੋ ਧਰਨਾ ਲਗਾਉਂਦੇ ਨੇ ਤਾਂ ਯੂਨਿਟੀ ਇੱਕ ਪਟੀਸ਼ਨ ਇੱਥੇ ਆਉਂਦੀ ਹੈ ਕਿ ਤੁਸੀਂ ਪਟੀਸ਼ਨ ਵੀ ਦਾਇਰ ਕਰ ਸਕਦੇ ਹੋ ਬਿਲਕੁਲ ਆਨਲਾਈਨ ਤਰੀਕੇ ਨੂੰ ਵਰਤਿਆ ਜਾ ਸਕਦਾ ਆ ਉਹਦੇ ਲਈ ਵੀ ਤੁਸੀਂ ਉਹਦੇ ਵਿੱਚ ਸਾਈਨ ਕਰਕੇ ਵੀ ਆਪਦੀ ਯੂਨਿਟੀ ਦਿਖਾ ਸਕਦੇ ਹੋ ਜਦੋਂ ਰਿਕਾਰਡ ਤੋੜ ਗਿਣਤੀ ਦੇ ਵਿੱਚ ਸਾਈਨ ਹੋਣਗੇ ਤਾਂ ਕਿਸ ਤਰੀਕ ਨਾਲ ਇਹ ਮੈਟਰ ਜਿਹੜਾ ਉੱਪਰ ਤੱਕ ਨਹੀਂ ਪਹੁੰਚੇਗਾ ਜਦੋਂ ਤੁਸੀਂ ਆਪਣੇ ਐਮਪੀਪੀਸ ਨੂੰ ਜਦੋਂ ਤੁਸੀਂ ਗੱਲਬਾਤ ਕਰੋਗੇ ਕਿ ਸਾਨੂੰ ਇੰਸ਼ੋਰੈਂਸ ਦਾ ਮੈਟਰ ਹੈ ਕਿੰਨਿਆਂ ਨੂੰ ਅਸੀਂ ਅਜੇ ਤੱਕ ਜਾ ਕੇ ਗੱਲਬਾਤ ਕਰ ਲਈ ਹੈ ਜਾਂ ਅਸੀਂ ਪੁੱਛਿਆ ਵਾ ਇਸ ਵਾਰੀ ਦੇ ਵਿੱਚ ਸੋ ਹਰ ਜਿ ਸਾਪਾ ਮੀਡੀਆ ਤੇ ਤਾਂ ਰਿਸਪੌਂਸਿਬਿਲਟੀ ਪਾ ਦਿੰਨੇ ਆ ਜਾਂ ਅਸੀਂ ਜਾ ਕੇ ਕਹਿ ਦਈਏ ਕਿ ਪ੍ਰੋਟੈਸਟ ਕਰ ਲੈਨੇ ਆ ਅਸੀਂ ਖੁਦ ਹੁਣ ਟੀਚਰਸ ਦੇ ਆਪਾਂ ਗੱਲ ਕਰਦੇ ਆ ਕਿ ਜਦੋਂ ਕੈਨੇਡਾ ਦੇ ਵਿੱਚ ਸਟੂਡੈਂਟਸ ਨੂੰ ਸਿੱਖਿਆ ਦੇ ਬਾਰੇ ਵਿੱਚ ਗੱਲ ਕੀਤੀ ਗਈ ਸੀ ਕਿ ਸਕੂਲ ਚ ਕੀ ਪੜਾਇਆ ਜਾਵੇ ਕੀ ਨਾ ਪਟੀਸ਼ਨ ਦੀ ਗੱਲ ਆਉਂਦੀ ਆ ਪਟੀਸ਼ਨ ਦੇ ਉੱਤੇ ਕਿੰਨਿਆਂ ਕਿ ਨਹੀਂ ਸਾਈਨ ਕੀਤੇ ਆ ਅਸੀਂ ਕਿਸਾਨ ਆંદੋਲਨ ਦੇ ਵਿੱਚ ਤਾਂ ਅਸੀਂ ਇੱਥੇ ਮਤਲਬ ਰੋਡਸ ਪੂਰੀਆਂ ਜਾਮ ਕਰਤੀਆਂ ਸੀ ਸਭ ਕੁਝ ਕਰਤਾ ਸੀ ਵੀ ਭਾਰਤ ਦਾ ਮੁੱਦਾ ਸਾਡੀਆਂ ਪਿੱਛੇ ਜੜਾਂ ਜੁੜੀਆਂ ਹੋਈਆਂ ਨੇ ਸਾਡੀਆਂ ਜਿਹੜੀਆਂ ਆਉਣ ਵਾਲੀਆਂ ਨਸਲਾਂ ਨੇ ਉਹਨਾਂ ਲਈ ਅਸੀਂ ਕਿੰਨਿਆਂ ਕਿ ਪਟੀਸ਼ਨਸ ਪਾ ਦਿਤੀਆਂ ਜਾਂ ਕੀ ਇੱਕ ਜਿਹੜਾ 노 ਡਾਊਟ ਤੇ ਪਟੀਸ਼ਨ ਜਿਹੜਾ ਆਪਾਂ ਦਾ ਮੈਂਬਰਿਕ ਤੇ ਜਾਣ ਤੋਂ ਪਹਿਲਾਂ ਕੁਇਕਲੀ ਮੈਂ ਇਸ ਪੁਆਇੰਟ ਦੀ ਹੀ ਮੈਂ ਗੱਲ ਕਰ ਲਾਂ ਕਿ ਜਾਫਰੀ ਸਾਹਿਬ ਬਹੁਤ ਬਹੁਤ ਸ਼ੁਕਰੀਆ ਉਹਨਾਂ ਨੇ ਵੀ ਲੋਕਲ ਮੁੱਦੇ ਨਹੀਂ ਜ਼ਿਕਰ ਕੀਤਾ ਐਂਡ ਸਤਨਾਮ ਸਾਗਰ ਉਹਨਾਂ ਨੇ ਜ਼ਿਕਰ ਕੀਤਾ ਸਤਨਾਮ ਸਾਗਰ ਜੀ ਮੈਂ ਪੜਦਾ ਤੁਹਾਡਾ ਮੈਸੇਜ ਵੀ ਬਾਅਦ ਦੇ ਵਿੱਚ ਕੁਝ ਸਾਡੇ ਦੋਸਤ ਨੇ ਅਸਲ ਵਿੱਚ ਸਾਡਾ ਜਿਹੜਾ ਸਵਾਲ ਇਹ ਆ ਸਵਾਲ ਸਾਡੀ ਡਿਬੇਟ ਇਹ ਨਹੀਂ ਹੈ ਕਿ ਕੈਨੇਡਾ ਚ ਪ੍ਰੋਟੈਸਟ ਆ ਜਿਹੜੇ ਆ ਉਹ ਲੋਕਲ ਮੁੱਦਿਆਂ ਤੇ ਹੋਣੇ ਚਾਹੀਦੇ ਜਾਂ ਬਾਹਰਲੇ ਮੁੱਦਿਆਂ ਤੇ ਦੇ ਕੁਐਸਚਨ ਇਹ ਹੈ ਕਿ ਕੀ ਕੈਨੇਡਾ ਵਾਸਤੇ ਜਿਹੜੇ ਸਾਡੇ ਪ੍ਰੋਟੈਸਟ ਆ ਧਰਨੇ ਉਹ ਜ ਜਿਹੜਾ ਤਰਨਜੀਤ ਕੈਨੇਡਾ ਨੂੰ ਪਹਿਲਾਂ ਤੋਂ ਪਹਿਲਾਂ ਤੋਂ ਇਹ ਲਈ ਮੰਨੇ ਗਏ ਕਿ ਕੈਨੇਡਾ ਬਹੁਤ ਗਊ ਲੋਕ ਨੇ ਠੀਕ ਹੈ ਗਊ ਲੋਕ ਨੂੰ ਨਾ ਵੱਡੇ ਪੱਧਰ ਦੇ ਉੱਤੇ ਇਹਨੂੰ ਵਧੀਆ ਸਮਝਿਆ ਗਿਆ ਕਿ ਗਊ ਦਾ ਮੀਨਸ ਵੀ ਬਹੁਤ ਸ਼ਾਂਤ ਨੇ ਚੰਗੇ ਨੇ ਬਟ ਹੋਇਆ ਕੀ ਹੈ ਕਿ ਗਊ ਦੇ ਚਲਦੇ ਚਲਦੇ ਹਨ ਇਹਨਾਂ ਨੂੰ ਪਤਾ ਹੀ ਨਹੀਂ ਲੱਗਾ ਸਾਡੇ ਨਾਲ ਕੀ ਹੋ ਗਿਆ ਇਹਨਾਂ ਨੂੰ ਪਤਾ ਹੀ ਨਹੀਂ ਲੱਗਾ ਲੰਬੇ ਸਮੇਂ ਦੇ ਉੱਤੇ ਕਿਹੜੇ ਵੇਲੇ ਇੰਸ਼ੂਰੈਂਸ ਆ ਵਧੀਆ 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 ਆਟੋ ਇੰਸ਼ੂਰੈਂਸ ਦੇ ਉੱਤੇ ਗਈਆਂ ਹੁਣ ਮੈਂ ਨਾ ਆਨਲਾਈਨ ਪਟੀਸ਼ਨ ਦੇ ਉੱਤੇ ਨੋ ਡਾਊਟ ਇੱਕ ਬਹੁਤ ਫੈਕਟਿਵ ਟੂਲ ਹੈਗਾ ਪਰ ਗੱਲ ਇਹ ਹੈ ਕਿ ਆਨਲਾਈਨ ਪੇਟੀਸ਼ਨ ਵਰਸਸ ਜੇ ਤੁਸੀਂ ਵੈਸੇ ਲੋਕਾਂ ਦੀ ਕਰਾਊਡ ਰੱਖ ਲਓ ਨਾ ਉਹਦੀ ਜਿਹੜਾ ਉਹਦਾ ਪ੍ਰਭਾਵ ਹੈ ਲੋਕਾਂ ਦਾ ਇਕੱਠੇ ਹੋਣਾ ਉਹ ਅਸਲ ਦੇ ਵਿੱਚ ਬਹੁਤ ਵੱਡੀ ਵੇਕ-ਅਪ ਕਾਲ ਹੈ ਕਿਉਂਕਿ ਉਹ ਲੋਕ ਨੇ ਜਿਨ੍ਹਾਂ ਨੇ ਬੇਸਿਕਲੀ ਕੰਫਰਟ ਛੱਡਿਆ ਸ਼ਿਆਲਾਂ ਦੇ ਵਿੱਚ ਚਾਹੇ -10 ਆ ਜਾਂ 15 ਆ ਜਿਹੜੇ ਸੜਕ ਤੇ ਕੰਫਰਟ ਛੱਡ ਕੇ ਜਿਹੜੇ ਉਹ ਆਏ ਨੇ ਸਾਡਾ ਸਲੀਪਿੰਗ ਸਿਸਟਮ ਜਿਹੜਾ ਸਾਡਾ ਸਿਸਟਮ ਸੁੱਤਾ ਪਿਆ ਜਿਹੜਾ ਆਟੋ ਇੰਸ਼ੋਰੈਂਸ ਤੇ ਕੰਮ ਨਹੀਂ ਕਰ ਰਿਹਾ ਇਸ ਵੇਲੇ ਔਰ ਨਾਲ ਦੀ ਨਾਲ ਜਿਹੜੇ ਪੋਲੀਟਿਸ਼ੀਅਨਸ ਆ ਜਿਹੜੇ ਤੁਹਾਨੂੰ ਸਵਾਏ ਕਿਸੇ ਜਾਂ ਅਖੰਡ ਪਾਠ ਦੇ ਜਾਂ ਸਵਾਏ ਕਿਤੇ ਜਿਹੜੀ ਬਰਥਡੇ ਪਾਰਟੀ ਦੇ ਪਕੌੜੇ ਖਾਂਦੇ ਨਜ਼ਰ ਨਹੀਂ ਆਉਂਦੇ ਉਸ ਤੋਂ ਇਲਾਵਾ ਕਿਸੇ ਮੁੱਦੇ ਤੇ ਸਾਹਮਣੇ ਨਹੀਂ ਆਉਂਦੇ ਮੇਰੇ ਖਿਆਲ ਦੇ ਨਾਲ ਜਦੋਂ ਉਹ ਕਿਸੇ ਦੀ ਈਮੇਲ ਵੀ ਅਨਸਰ ਨਹੀਂ ਕਰਦੇ ਮੇਰੇ ਖਿਆਲ ਦੇ ਨਾਲ ਬੈਸਟ ਟੂਲ ਇਹੀ ਹੈ ਧਰਨੇ ਦਾ ਜਦੋਂ ਲੋਕੀ ਬਾਹਰ ਨਿਕਲਦੇ ਨੇ ਥੋੜੀ ਰਿਸਪੌਂਸਿਬਿਲਟੀ ਦੀ ਸੈਂਸਤਾ ਆਵੇ ਲੋਕਾਂ ਨੂੰ ਕਿ ਲੋਕ ਸਤੇ ਹੋਏ ਨੇ ਤੰਗ ਹੋਏ ਨੇ ਸਾਡੀਆਂ ਗਰੋਸਰੀਆਂ ਬਹੁਤ ਮਹਿੰਗੀਆਂ ਨੇ ਸੋ ਉਸ ਹਿਸਾਬ ਦੇ ਨਾਲ ਜਿਹੜੀ ਇਹ ਪਟੀਸ਼ਨਾਂ ਮੇਰੇ ਖਿਆਲ ਦੇ ਨਾਲ ਇਨਪੈਕਟ ਨਹੀਂ ਪਾਉਂਦੀਆਂ ਜੰਨਾ ਜਦੋਂ ਲੋਕੀ ਐਕਚੁਅਲ ਦੇ ਵਿੱਚ ਰਸੜ ਤੇ ਉਤਰਦੇ ਨੇ ਸਰ ਜੀ ਤਾਂ ਤੁਸੀਂ ਕਹਿੰਦੇ ਹੋ ਕਿ ਇੰਪੈਕਟ ਪੈਂਦਾ ਹੈ ਪਰ ਇਹਦੇ ਨਾਲ ਜਿਹੜਾ ਹੈ ਸਰਕਾਰੀ ਖਰਚੇ ਦੇ ਉੱਤੇ ਵੀ ਤਾਂ ਬੋਝ ਵੱਧਦਾ ਆ ਮੈਨ ਪਾਵਰ ਯੂਜ਼ ਕੀਤੀ ਜਾਂਦੀ ਆ ਇਹਨੂੰ ਥੋੜਾ ਹੋਰ ਇਹਨੂੰ ਥੋੜਾ ਹੋਰ ਲੈਬੋਰੇਟ ਕਰਿਓ ਕੱਲ ਦੀ ਆਪਾਂ ਇੱਕ ਜਾਂ ਤਾਂ ਤੁਸੀਂ ਕਾਲ ਲਾ ਲਓ ਜਾਂ ਬ੍ਰੇਕ ਲੈ ਲਓ ਮੈਂ ਵਾਪਿਸ ਆ ਕੇ ਇਹਨੂੰ ਥੋੜਾ ਜਨਾ ਹੋਰ ਲੈਬੋਰੇਟ ਕਰਿਓ ਤੇ ਕਿਸ ਕਿਸਮ ਦਾ ਜਿਹੜਾ ਬੋਝ ਪੈਂਦਾ ਮੈਂ ਇੱਕ ਕਾਲ ਲੈ ਕੇ ਇੱਕ ਬ੍ਰੇਕ ਦੇ ਵੱਲ ਚੱਲਣਾ ਸੋ ਇੰਦਰਪ੍ਰੀਤ ਤੁਸੀਂ ਕੀ ਸਮਝਦੇ ਹੋ ਨਾ ਧਰਨਿਆਂ ਦੇ ਬਾਬਤ ਹਾਂ ਜੀ ਜੀ ਸਤ ਸ੍ਰੀ ਅਕਾਲ ਜੀ ਆ ਬੀਸਿਕਲੀ ਜੇ ਆਪਾਂ ਇਸ ਚੇਜ਼ ਵਿੱਚ ਕੈਨੇਡਾ ਵਿੱਚ ਜੇ ਤਾਂ ਇਹ ਹੋਏ ਚਾਹੀਦੇ ਆ ਜਿਹੜਾ ਆਪਾਂ ਸਟੂਡੈਂਟ ਵੀ ਆਪਾਂ ਲੈਨੇ ਆ ਉਹ ਇਸ ਕੰਟਰੀ ਦਾ ਆ ਨਾ ਇਹ ਵੀ ਹੂੰ ਜੇ ਉਹਨਾਂ ਕੋਲ ਇਹ ਵੀ ਇੰਡੀਆ ਦਾ ਮੁੰਡਾ ਆਪਾਂ ਇੱਥੇ ਲੈ ਕੇ ਆ ਰਹੇ ਆ ਉਹ ਦੈਟ ਵੀ ਆ ਡੀਫੇਮਿੰਗ ਆਰ ਕੰਟਰੀ ਹੁਣ ਉਹ ਕੈਨੇਡੀਅਨ ਕੋਈ ਬੰਦਾ ਚੱਲ ਜਾਵੇ ਇੰਡੀਆ ਵਿੱਚ ਉਹ ਜਾ ਕੇ ਕਹਵੇ ਕਿ ਮੈਂ ਜੀ ਆਟੋ ਇਨਸ਼ੋਰੈਂਸ ਦਾ ਹਾਲ ਨਹੀਂ ਹੋ ਰਿਹਾ ਮੈਂ ਪ੍ਰੋਟੈਸਟ ਕਰਦਾ ਹੂੰ ਆ ਇੰਡੀਆ ਦੇ ਕਹਿਣਾ ਵੀ ਵੀ ਡੋਨਟ ਕੇਅਰ ਲਾਈ ਉਹ ਤੁਹਾਡਾ ਆਪਣਾ ਮੈਟਰ ਆ ਚੇਂਜ ਜੇ ਨਹੀਂ ਆਪ ਵੀ ਆਪਣੇ ਕੰਮ ਬਜਾ ਉਸ ਟਾਪੇ ਗੱਲਾਂ ਲੱਗੇ ਹੋਈਆਂ ਹੂੰ ਦੂਜੀ ਕੰਟਰੀਆਂ ਚ ਜਾਵੇ ਜੇ ਤੁਹਾਨੂੰ ਆਪਣੀ ਕੰਟ ਨਨ ਵਾਈ ਡਿਡ ਯੂ ਲੀਵ ਯਰ ਕੰਟਰੀ ਜਸਟ ਸਟੇ ਓਵਰ ਥੇਰ ਐਂਡ ਫਾਈਲ ਇਹ ਤੇ ਲੋਕਲ ਮੁਧਿਆ ਦੇਂਦਰ ਵੀ ਤੁਹਾਡਾ ਕੀ ਵਿਚਾਰ ਹੈ ਜਿਹੜੇ ਇੱਥੋਂ ਦੇ ਮੁੱਦੇ ਨੇ ਜਮ ਚਲ ਜੇ ਮੈਂ ਆਟੋ ਇੰਸ਼ੋਰੈਂਸ ਤੇ ਹਾਲਾਂਕਿ ਕੋਈ ਇਦਾਂ ਦਾ ਅੰਦੋਲਨ ਹੋਇਆ ਨਹੀਂ ਤੇ ਜੇ ਕੋਈ ਕੱਲ ਨੂੰ ਇਹਨਾਂ ਤੇ ਮੁੱਦਿਆ ਦੇ ਖੜਾ ਕਰੇ ਵਾਟ ਯੂ ਥਿੰਕ ਇ ਗੁੱਡ ਹੋਏਗਾ ਸਾਡੀ ਕੰਟਰੀ ਵਾਸਤੇ ਜਾਂ ਫਿਰ ਨਹੀਂ ਜੇ ਆਪਾਂ ਲੋਕਲ ਮੁੱਦਿਆਂ ਦਾ ਲਈਏ ਲੋਕਲ ਮੁੱਦੇ ਕਾਫੀ ਆ ਉਹ ਵਿਚਾਰਾ ਕੈਨੇਡਾ ਦਾ ਇੱਕ ਆਪਣਾ ਇਮੀਗ੍ਰੈਂਟ ਹੈ ਉਹਦੀ ਫੈਮਿਲੀ ਨੂੰ ਜਿਹੜਾ ਸ਼ੂਟਆਊਟ ਹੋਇਆ ਆ ਉਹ ਉਹ ਲੋਕਲ ਮੁੱਦਾ ਬਣਦਾ ਆ ਅਬਸੋਲੂਟਲੀ ਕੋਈ ਨਹੀਂ ਪ੍ਰੋਟ ਇਹਨੇ ਵਿਚਾਰੇ ਦੀ ਪੂਰੀ ਫੈਮਲੀ ਚਲੀ ਗਈ ਆ ਉਹਦੇ ਕੋਈ ਨਹੀਂ ਹੈਗਾ ਉਹਦੇ ਅੱਗੇ ਪਿੱਛੇ ਮੈਂ ਤੁਹਾਨੂੰ ਬਿਨਾ ਕੋਈ ਨੌਨਸੈਂਸ ਟੌਪਿਕਸ ਦੇ ਉੱਤੇ ਲੜਦੇ ਹੋ ਕੋਈ ਨੌਜਿਨੈਂਟ ਟੌਪਿਕ ਦੇ ਉੱਤੇ ਤੁਸੀਂ ਗਵਰਨਮੈਂਟ ਦੇ ਨਾਲ ਲੜੋ ਜਿਹੜਾ ਫਾਇਦਾ ਵੀ ਹੋਵੇ ਜਿਹੜਾ ਲੌਂਗ ਟਰਮ ਵੀ ਕੱਲ ਨੂੰ ਕੋਈ ਇਫੈਕਟ ਪਵੇ ਇਹ ਆਪਣਾ ਜੇ ਪ੍ਰੋਪਰ ਗਵਰਨਮੈਂਟ ਜੀਜ਼ ਦੇ ਅਗੇਵ ਹੋਵੇ ਹਮ ਠੀਕ ਹੈ ਮਿਹਰਬਾਨੀ ਆਪਣੇ ਇੰਦਰਪ੍ਰੀਤ ਬਹੁਤ ਬਹੁਤ ਸ਼ੁਕਰੀਆ ਜਸਵੰਤ ਜੀ ਆਓ ਸਵਾਗਤ ਤੁਹਾਡਾ ਸ਼ੋਅ ਦੇ ਵਿੱਚ ਹਾਂਜੀ ਜਸਵੰਤ ਜੀ ਆਓ ਜੀ ਅਤੌੜੀ ਵਾਰਜ ਮੈਨ ਲੱਗਾ ਦਾ ਹੈ ਨੈਟਵਰਕ ਦਾ ਇਸ਼ੂ ਜਸਵੰਤ ਜੀ ਅਜੀ ਆ ਰਹੀ ਆ ਵਸ ਮੇਰੀ ਹਾਂ ਜੀ ਇਹ ਆ ਰਹੀ ਹੈ ਹਮੇ ਕੋ ਠੀਕ ਆ ਰਹੀ ਹੋਣਾ ਜੀ ਜੀ ਇਹਦਾ ਜੀ ਭਾਜੀ ਵੀ ਜਿਹੜਾ ਪ੍ਰੋਡਕਟਸ ਕਰੇ ਆਪਾਂ ਤੁਹਾਨੂੰ ਲਾ ਰਹੇ ਆ ਉਹ ਕੋਈ ਆਪਣੇ ਮਤਵਲੇ ਲਾ ਰਹੇ ਆ ਜਾਂ ਕੰਡੀਡਾ ਦੇ ਮਤਵਲੇ ਲਾ ਰਹੀ ਇਹ ਵੀ ਦੇਖਣਾ ਪੈਣਾ ਤੁਹਾਨੂੰ ਮੈਂ ਤੁਹਾਨੂੰ ਇੱਕ ਅਧਾਰ ਦੇ ਦਿੰਦਾ ਬਿੱਚੀਣਾ ਜਿਹੜੀ ਉਹਨਾਂ ਆਪਣੇ ਜਿਹੜੇ ਆਪਣੇ ਇੰਡੀਆ ਦੇ ਸਾਇੰਟ ਉਹਨੇ ਅਬਜ਼ਰਬ ਅਪਲਾਈ ਕਰਦੇ ਮਾਪਿਆਂ ਨੂੰ ਉਹ ਆਪਾਂ ਜਿਹੜਾ ਭੈਣ ਭੈਣ ਨੂੰ ਉਹਨੂੰ 10 ਸਾਲ ਬਾਅਦ ਮਾਪਿਆਂ ਨੂੰ ਦਿਲਸਨ ਲੱਗਦੀ ਹੈ ਨਾ ਲੈਣ ਉਹਦੇ ਉੱਤੇ ਕਾਲਮ ਆਖੇਗਾ ਨਾ ਕਾਲਮ ਸਾਡੀ ਇੱਥੇ ਕੀ ਹੋਇਆ ਤਾਂ ਮੈਨੂੰ ਉਹ 35 ਸਾਲੰਦਰ ਮੈਨੂੰ ਦੇਖ ਦੇਖਿਆ ਤੇ ਕੁਝ ਬੰਦਿਆਂ ਨੇ ਤਾਂ ਉਹਦਾ ਫਾਇਦਾ ਲਿਆ ਇਤੋਂ ਲੋਕ ਨਹੀਂ ਬੱਸਾਂ ਭਰ ਕੇ ਉੱਥੇ ਤਾਂ ਦੌੜਾ ਲੰਦੀ ਸੀ ਜਾ ਕੇ ਆਪਣੇ ਦੂਜੇ ਆਟਵਲ ਸਾਨੂੰ ਵੀ ਜਿਹੜੇ ਯੂਟਿਊਬ ਤੋਂ ਹੁੰਦੇ ਉਹਨਾਂ ਦੇ ਨਾਲ ਬਰਾਬਰ ਦੇ ਕਦੋਂ ਕਦੋਂ ਦੀ ਗੱਲ ਹੈ ਜਸਾਂ ਜੀ ਪਰ ਨਹੀਂ ਕਾਪੀ ਜਦੋਂ ਇਹ ਉਹਦੇ ਜਿਹੜਾ ਖਾਪਰ ਆਇਆ ਖਾਪਰ ਜੀ ਦੀ ਪਹਿਲੀ ਆਈ ਸੀ ਨਾ ਅੱਛਾ ਸੁਨਾਰਪ ਰੋਕੇ ਜੀ ਉਹ ਕੇ ਠੀਕ ਹੈ ਹੂੰ ਹੂੰ ਕਿਲੇ ਤਾਵੇ ਲਾ ਦੇਣੇ ਜਾ ਕੇ ਹੂੰ ਉਹ ਕੁਛ ਬੰਦੇ ਜਿਹੜਾ ਫੈਦਾ ਲੈ ਰਹੇ ਜਾਂਦੇ ਗਵਰਨਮੈਂਟ ਨੂੰ ਦਿਖਾਉਣ ਜਾਂਦੇ ਵੀ ਸਾਡੇ ਕੋਲੇ ਆਹ ਦੇਖੋ ਵੋਟਰਾਂ ਨੇ ਉਹਨਾਂ ਨੇ ਵੀ ਕੀ ਟੋਲ ਉਹ ਕਹਿੰਦੇ ਆਇਆ ਕਰੋ ਵੀ ਚਾਹ ਮਾਪੇ ਸਤਨਾ ਸੁਪਰ ਵੀਜ਼ਾ ਲੈ ਲੋ ਹੂੰ ਹੂੰ ਪਰ ਜੋਰ ਛੋੜੀ ਠੀਕ ਹੈ ਠੀਕ ਹੈ ਜੀ ਲੋਕ ਖੁਸ਼ ਹੋਗੇ ਲੋਕ ਹੂੰ 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 ਉਹ ਤਾਂ ਤੀਜਾ ਹੁਣ ਨਿਕਲਦਾ ਕਿਉਂਕਿ ਹੁਣ ਲੋਕ ਉਹਨਾਂ ਨੇ ਮਾਪ ਤੋਂ ਸਿੱਧੇ ਬੰਦ ਕਰਦੇ ਹੁਣ ਲੋਕ ਮੈਨੂੰ ਰੌਲਾ ਪਾਉਂਦੇ ਆ ਲੋਟਰੀ ਸਿਸਟਮ ਜੇ ਬਣਾਤਾ ਉਹਨਾਂ ਨੇ ਹੁਣ ਆ ਲੋਟਰੀ ਬਣਾਦਾ ਅਸੀਂ ਜੋ ਤਰਦਾ ਉਹ ਤਰਦਾ ਆਪ ਵੀ ਘੱਟ ਲਾਇਆ ਦੁਕਾਨਦਾਰ ਸਾਲ ਕਰਤਾ ਕਿ ਹੂੰ 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 ਦੂਜਾ ਨੁਕਸਾਨ ਇਹ ਹੈ ਜਦੋਂ ਉਹ ਉਈ ਕੰਟਰੀ ਸਾਡੇ ਹੀ ਛੋਟੇ ਕੰਟਰੀ ਦਾ ਹੀਰੋ ਆ ਜਾਂ ਮੇਲੇ ਕੰਟਰੀ ਦਾ ਹੀਰੋ ਇੱਥੇ ਜੀ ਧਰਲਾ ਲਾ ਕੇ ਬੈਠੇ ਉਹਦੇ ਨਾਂ ਤੇ ਸਟਰੀਟ ਲਾਓ ਜੀ ਉਹਦੇ ਨਾਂ ਤੇ ਪਾਰਕ ਬਣਾਓ ਠੀਕ ਹੈ ਨਾ ਉਹ ਤਾਂ ਉਸ ਕੰਟਰੀ ਦਾ ਹੀਰੋ ਨਾ ਕਿ ਕੈਡਾ ਦਾ ਉਹ ਜਿਹੜਾ ਕੈਡਾ ਕਹਿੰਦੀ ਹੈ ਵੀ ਸਾਡਾ ਹੀਰੋ ਤੁਸੀਂ ਉਹ ਕੰਟਰੀ ਆਪਦੇ ਇੰਡੀਆ ਦੇ ਜਾ ਕੇ ਜਾਂ ਪਾਕਿਸਤਾਨ ਦੇ ਬੰਗਲਾਦੇਸ਼ ਉੱਥੇ ਧਰਨੇ ਲਾਓ ਕਿ ਸਾਡੇ ਉੱਥੇ ਉਹਦੀ ਸਟਰੀਟ ਨਾ ਰੱਖ ਦੋ ਉਹਦੀ ਰੱਖ ਦੋ ਪਾਕਿਸਤਾਨ ਰੱਖ ਦੋ ਇਹ ਗੱਲ ਤਾਂ ਬਿਲਕੁਲ ਗਲਤ ਹੈ ਨਾ ਹਾਂ ਮੁੱਦਾ ਵੀ ਇੰਪੋਰਟੈਂਟ ਹੈ ਜਿਵੇਂ ਜਸਵੰਤ ਜੀ ਨੇ ਜ਼ਿਕਰ ਕੀਤਾ ਜਹਾਂਜੀ ਬਹੁਤ ਸ਼ੁਕਰੀਆ ਸਰ ਤੁਹਾਡਾ ਹੋਰ ਬੜੀ ਤੁਸੀਂ ਸਾਰੇ ਵੈਲਿਊ ਐਡ ਕਰਦੇ ਹੋ ਮੋਹਨ ਰਜ਼ਾ ਜੀ ਮੈਂ ਬਿਲਕੁਲ ਤੁਹਾਡੀ ਗੱਲ ਠੀਕ ਹੈ ਜੀ ਉਹ ਨਾਊਂਸਮੈਂਟ ਦੇ ਵਿੱਚ ਨਾ ਜਿਹੜੀ ਤੁਸੀਂ ਪੜ੍ਹੀ ਐ ਐਕਚੁਅਲੀ ਤਰਨਜੀਤ ਉਹ ਲਿਖਣ ਦੇ ਵਿੱਚ ਗਲਤੀ ਹੈ ਸੋ ਮੈਂ ਆਲ ਗੈਟ ਦੈਟ ਕਰੈਕਟਿਡ ਮੈਨੂੰ ਪਤਾ ਜੀ ਉਹ ਜੋ ਅਪ੍ਰੇਜ਼ਲ ਬਾਰੇ ਜ਼ਿਕਰ ਕੀਤਾ ਉਹਨਾਂ ਨੇ ਕਿਹਾ ਅਪ੍ਰੇਜ਼ਲ ਜ਼ਿਆਦਾ ਆਉਣੀ ਹੈ ਔਰ ਘਟ ਵਾਲੀ ਗੱਲ ਹੈਗੀ ਜੀ ਉਹ ਮੈਂ ਕਰੂੰਗਾ ਜੀ ਕਰੈਕਟ ਮੈਂ ਨੋਟ ਕਰ ਲਿਆ ਸੀ ਉਹ ਮੋਹਨ ਜੀ ਤੇ ਰੰਦੀਤ ਜੀ ਤੁਹਾਨੂੰ ਕੀ ਲੱਗਦਾ ਤੁਹਾਡਾ ਕੀ ਵਿਚਾਰ ਹੈ ਇਹਨਾਂ ਧਰਨਿਆਂ ਦੇ ਬਾਰੇ ਰੰਦੀ ਰੰਦੀਤ ਜੀ ਰਾਂਜੀ ਰੰਦੀਤ ਜੀ ਆਜੋ ਹੈਲੋ ਹਾਂਜੀ ਹੈਲੋ ਹਾਂਜੀ ਸਰ ਸਟਾਲ ਜੀ ਮੈਂ ਤਾਂ ਲੱਗਾ ਸੀ ਤੁਹਾਨੂੰ ਲਾਉਣ ਕੋਈ ਤੁਸੀਂ ਬੋਲੇ ਨਹੀਂ ਸੌਰੀ ਹਾਂਜੀ 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 ਸਰ ਗੱਲ ਇਹ ਹੈ ਕਿ ਧਰਨੀ ਤਾਂ ਹੋਣੀ ਚਾਹੀਦੀ ਨਹੀਂ ਦੇਖੋ ਹੁਣ ਇਹ ਹੈ ਕਿ ਜਿ세 ਇਟ ਡੈਮੋਕਰੇਟ ਕੰਟਰੀ ਹੁਣ ਅਸੀਂ ਦੀ ਡੈਮੋਕ੍ਰੇਸੀ ਨੂੰ ਅਸੀਂ ਇੰਡੀਆ ਜਾਂ ਪਾਕਿਸਤਾਨ ਦੀ ਡੈਮੋਕ੍ਰੇਸੀ ਨਾਲ ਤੁਹਾਨੂੰ ਕੰਪੇਅਰ ਕਰ ਸਕਦੇ ਹਾਂ ਠੀਕ ਹੈ ਜੀ ਡੈਮੋਕ੍ਰੇਸੀ ਦਾ ਵੀ ਆਪਣਾ ਆਪਣਾ ਹਾਸਕੋਪ ਹੈ ਹਰ ਜਗ੍ਹਾ ਹਮ ਹਮ ਠੀਕ ਦੂਸਰੀ ਗੱਲ ਇਹ ਦੇਖੋ ਮੈਂ ਇੱਕ ਤੁਹਾਨੂੰ ਐਗਜ਼ਾਮਪਲ ਦੇਣਾ ਜਿਸ ਤਰ੍ਹਾਂ ਹੁਣ ਫਲਸਫੀਨ ਦੇ ਵਿੱਚ ਕਿੰਨੇ ਲੋਕ ਵਿਚਾਰੇ ਸਪੈਸ਼ਲੀ ਬੱਚੇ ਕਿੰਨੇ ਜ਼ਿਆਦਾ ਮਰਦੇ ਹਮ ਠੀਕ ਗੱਲ ਹੈ ਜੀ ਉਹ ਮੈਂ ਮੁਸਲਮਨ ਨਹੀਂ ਹਾਂ ਲੇਕਿਨ ਮੇਰਾ ਵੀ ਮਨ ਕਰਦਾ ਹੁੰਦਾ ਵੀ ਮੈਂ ਵੀ ਉਹਨਾਂ ਦੇ ਨਾਲ ਸ਼ਾਮਲ ਹੋਣਾ ਲੇਕਿਨ ਜਿਸ ਤਰ੍ਹਾਂ ਇੱਕ ਭਾਈ ਸਾਹਿਬ ਪਹਿਲਾਂ ਵੀ ਕਹੇ ਗਏ ਨੇ ਕਿ ਫਲਸਫੀਨ ਇਸ ਤਰ੍ਹਾਂ ਜਕੜੇ ਹੋਏ ਆਏ ਥੇ ਕਿ ਅਸੀਂ ਟਾਈਮ ਕੱਢੇ ਹੀ ਨਹੀਂ ਪਾਉਂਦੇ ਹਮ 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 ਜਿਹੜੇ ਫਲਸੀਨੀ ਦਾ ਫਲਸੀਨੀ ਫਲਸੀਨੀ ਦੇ ਰਸਤੇਾਰੇ ਇਕੱਠੇ ਬੈਠੇ ਨੇ ਉਹਨਾਂ ਸਿੱਦਾ ਭਰਾ ਦੀ ਪੈਣ ਕਿਸਦਾ ਬੱਚਾ ਉੱਥੇ ਉਹਦੀ ਡੈਥ ਹੋ ਚੁੱਕੀ ਹੈ ਉਹ ਕਿਉਂ ਨਹੀਂ ਬੋਲੇਗਾ ਕਿਉਂ ਨਹੀਂ ਉੱਠੇਗਾ ਬਾਹਰ ਨਿਕਲੇਗਾ ਹੂੰ ਹੂੰ ਕਿਉਂਕਿ ਗੱਲ ਇਹ ਹੁਣ ਉਹ ਇਹ ਸੋਚੇਗਾ ਕਿ ਇੱਕ ਹੋਰ ਕਮਿਊਨਿਟੀ ਉਹਦੇ ਧਰਨ ਲਾਉਂਡ ਦੇ ਨਾਲ ਉਹ ਜਿਸ ਤਰ੍ਹਾਂ ਮੈਡਮ ਨੇ ਕਿਹਾ ਕਿ ਉਹ ਗੁੱਸੇ ਹੋ ਜਾਣਗੇ ਜਾਂ ਉਹਨਾਂ 'ਚ ਫਰਕ ਪੈ ਜਾਏਗਾ ਕਮਿਊਨਿਟੀ 'ਚ ਉਹ ਇਹ ਸੋਚ ਕੇ ਬੈਠੇਗਾ ਬਾਹਰ ਨਹੀਂ ਨਿਕਲੇਗਾ ਹੂੰ ਹੂੰ ਇਸ ਇਸ ਤਰ੍ਹਾਂ ਨਹੀਂ ਹੁੰਦਾ ਜੀ ਇੱਕ ਇੱਕ ਹਿਊਮਨ ਰਾਈਟਸ ਦਾ ਵੀ ਇਸ਼ੂ ਹੈ ਨਾ ਦੂਸਰਾ ਡੈਮੋਕ੍ਰੇਸੀ ਤੋਂ ਬਿਨਾਂ ਇੱਕ ਹਿਊਮਨ ਰਾਈਟਸ ਵੀ ਹੈ ਹੂੰ ਇੱਕ ਤੋਂ ਅੰਦਰ ਅੰਤਰਾ ਆਤਮਾ ਵੀ ਉਹ ਵੀ ਚੰਜੋੜ ਕੇ ਰੱਖ ਚੰਜੋੜ ਦੀ ਹੈ ਕਹਿੰਦੀ ਹੈ ਕਿ ਦੇਖੋ ਇਹ ਗਲਤ ਹੋ ਰਿਹਾ ਕਿਸੇ ਗੰਟੀ 'ਚ ਬਾਹਰ ਨਿਕਲ ਇਹ ਅਸੀਂ ਇਹ ਨਹੀਂ ਦੇਖਾਂਗੇ ਉਸ ਟਾਈਮ ਕਿ ਅਸੀਂ ਇਹ ਕੈਨੇਡਾ ਦੇ ਕਾਨੂੰਨ ਦੇ ਹਾਂ ਉਹ ਇੱਕ ਇਹ ਜੁਰੀਆ ਕਿ ਸਾਨੂੰ ਪੀਸਫੁਲੀ ਉਹ ਚੀਜ਼ ਕਰਨੀ ਚਾਹੀਦੀ ਹੈ ਜਿਸ ਨਾਲ ਕਿਸਾਨ ਅੰਦੋਲਨ ਬਲੇ ਥੋੜਾ ਜਿਹਾ ਹੋਇਆ ਸੀ ਕਿ ਅਸੀਂ ਕਾਰਾਂ ਤੇ ਚੜ ਗਏ ਇਹ ਹੋ ਗਿਆ ਉਹ ਹੋ ਗਿਆ ਵੀ ਉਹ ਪ੍ਰੋਟੈਸਟ ਥੁਰਿਆ ਗਲਤੀਆਂ ਵੀ ਥੋੜੀਆਂ ਗਲਤੀਆਂ ਹੋਈਆਂ ਰੰਦੀ ਤੁਹਾਡੀ ਗੱਲ ਬਿਲਕੁਲ ਠੀਕ ਹੈ ਮੈਂ ਇਸ ਗੱਲ ਦੇ ਨਾਲ ਹਾਂ ਲੱਗੇ ਪ੍ਰੋਟੈਸਟ ਚੰਗਾ ਸੀ ਪਰ ਉੱਥੇ ਵੀ ਆਪਾਂ ਕੁਤਾਈਆਂ ਕੀਤੀਆਂ ਯੂ ਰਾਈਟ ਹਾਂਜੀ ਕੋਈ ਅਸੀਂ ਜ਼ਿਆਦਾ ਆਪਣੇ ਆਪ ਨੂੰ ਬਹੁਤ ਏਮੋਸ਼ਨਲ ਹੋਰ ਹੋਰ ਟੰਗ ਨਾ ਸੀ ਪੇਸ਼ ਕੀਤੀ ਹਾਂ ਥੋੜਾ ਜਿਹਾ ਹਾਂਜੀ ਹਾਂਜੀ ਉਹ ਜ਼ਰੂਰੀ ਸੀ ਕਿਉਂਕਿ ਸਾਡੇ ਬਜ਼ੁਰਗ ਸਾਡੇ ਮਾਤਾਵਾ ਕਿੰਨੇ ਵਿਚਾਰੇ ਕਿਸਾਨ ਉੱਥੇ ਕਿੰਨੇ ਟਾਈਮ ਤੋਂ ਬੈਠੇ ਹੋਏ ਸੀ ਉਹ ਉਹਨਾਂ ਨਾਲ ਸਾਡਾ ਕੋਈ ਰਿਲੇਸ਼ਨ ਹੈ ਠੀਕ ਹੈ ਜੀ ਬਿਲਕੁਲ ਠੀਕ ਹੈ ਜੀ ਹਾਂਜੀ ਇੱਕ ਗੱਲ ਹੋਰ ਮੇਰੇ ਦਿਮਾਗ ਚੋਂ ਸਕਿਪ ਹੋ ਗਈ ਉਹ ਕਹਿੰਦੀ ਮੈਂ ਹਾਂਜੀ ਦੂਸਰੀ ਕੈਨੇਡੀਅਨ ਜਿਸ ਨਾਮ ਐਡਮ ਕੈਗ ਐ ਨਹਿ ਪਹਿਲਾ ਹਾਂਜੀ ਹੁਣ ਉਹ ਕੈਨੇਡ ਜਿਹੜਾ ਅਸੀਂ ਰਿਲੇਸ਼ਨ ਕੈਨੇਡਾ ਤੇ ਇੰਡੀਆ ਦੇ ਦੀ ਗੱਲ ਕੀਤੀ ਐ ਇਹਨਾਂ ਨੇ ਕਿਉਂ ਕਿਉਂ ਨਹੀਂ ਉਹ ਅਸੀਂ ਬੋਲਾਂ ਕਿ ਕੋਈ ਕੈਨੇਡਾ ਦੀ ਧਰਤੀ ਤੇ ਉਹ ਕਤਲ ਹੋਇਆ ਸੀ ਉਹ ਕੈਨੇਡਾ ਨਾਲ ਜਿਹੜਾ ਹੋਇਆ ਮਸਲਾ ਸੀ ਇਹ ਸੀਗਾ ਉਸ ਲਈ ਉਸ ਤੋਂ ਲੈ ਬੋਸਟਨ ਦੇ ਪ੍ਰੋਟੈਸਟ ਕਰਨਾ ਜਾਂ ਉਸ ਤਰ੍ਹਾਂ ਬਾਹਰ ਨਿਕਲ ਕੇ ਉਹ ਉਹ ਗੱਲ ਬਾਰੇ ਬੋਲਣਾ ਕਰਨਾ ਠੀਕ ਰਹਿੰਦੀ ਜੀ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਵਿਚਾਰ ਸਾਡੇ ਔਨ 에ਅਰ ਜਿਹੜੇ ਚੱਲੇ ਗਏ ਨੇ ਅੱਛਾ ਵੈਸੇ ਮੈਨੂੰ ਤਰਨਜੀਤ ਦੀ ਇੱਕ ਗੱਲ ਲੱਗਦੀ ਹੈਗੀ ਹੈ ਠੀਕ ਹੈ ਐਂਡ ਆਪ ਸਰ ਜੀ ਬਹੁਤ ਵਾਹ ਸ਼ੁਕਰੀਆ ਸਰ ਰਾਹੁਲ ਜੀ ਮੈਂ ਅੱਛਾ ਅੱਗੇ ਚੱਲ ਅੱਗੇ ਚੱਲ ਸਾਡੇ ਮੈਸੇਜ ਜਿਹੜੇ ਪੜਦਾ ਅੱਛਾ ਇੱਕ ਚੀਜ਼ ਹੈ ਜਿਵੇਂ ਮੈਂ ਲੋਕਲ ਦੀ ਮੈਂ ਗੱਲ ਕਰਾਂ ਜੇ ਉਹ ਤਰਨਜੀਤ ਜੇ ਹੁਣ ਮੈਂ ਇੱਥੇ ਤਾਂ ਮੇਰਾ ਤਾਂ ਇਹ ਦਿਲ ਕਰਦਾ ਕਿ ਹਰ ਮੁੱਦੇ ਦੇ ਉੱਤੇ ਪ੍ਰੋਟੈਸਟ ਹੋਣਾ ਚਾਹੀਦਾ ਹੁਣ ਮੁੱਦੇ ਆਈ نو ਤੁਹਾਡੇ ਤੁਹਾਡੇ ਪੁਆਇੰਟ ਨੂੰ ਐਕਚੁਅਲੀ ਜਗ੍ਹਾ ਵੀ ਮਿਲ ਜਣੀ ਹੁੰਦੀ ਸੀ ਪਹਿਲਾਂ ਵੀ ਗੱਲ ਕਰ ਰਹੇ ਸੀਗੇ ਵੀ ਰੀਜ਼ਨ ਇਹ ਹੈ ਕਿ ਸਾਡੇ ਮੁੱਦੇ ਇੰਨੇ ਹਲੇ ਮੈਂ ਤਾਂ ਆਟੋਸ਼ਨਰ ਸੀ ਇੱਕੋ ਹੀ ਗੱਲ ਕੀਤੀ ਹੈ ਤੁਸੀਂ ਕਰੋ ਬਾਹਰ ਨਿਕਲੋ ਮੁੱਦਾ ਤੇ ਮੁੱਦਾ ਠਾ ਮੁੱਦਾ ਜੀ ਸੜਕ ਦੇ ਵਿੱਚ ਪਤਾ ਨਹੀਂ ਕੀ ਕੀ ਹੋ ਰਿਹਾ ਹੈ ਨਾ ਸਾਡੇ ਕੰਮਾਂ ਨੂੰ ਲੈ ਕੇ ਕੀ ਹੋ ਰਿਹਾ ਔਰ ਵੇਜਸ ਨੂੰ ਲੈ ਕੇ ਕੀ ਹੋ ਗਿਆ ਹਾਂ ਤਾਂ ਇੱਥੇ ਕੋਈ ਪੋਲਿਟਿਸ਼ੀਅਨਸ ਗੱਲ ਕਰਦਾ ਐਮਪੀ ਜਾਂ ਐਮਪੀਪੀਜ਼ ਵਗੈਰਾ ਇਹਨਾਂ ਨੇ ਮੁੱਦੇ ਹੀ ਰੀਜ਼ੇ ਨਹੀਂ ਕੀਤੇ ਗਰੋਸਰੀ ਜਿਸ ਵੇਲੇ ਗਰੋਸਰੀਆਂ ਵਗੈਰਾ ਕਿੱਥੇ ਕਿੱਥੇ ਚਲ ਗਈਆਂ ਸੀਗੀਆਂ ਬੰਦਾ ਬਸ ਉਹੀ ਗਊ ਲੋਕ ਸਫਰ ਅਸੀਂ ਕਰ ਜੇ ਕਿਸੇ ਨੇ ਹੁਣ ਸਾਡੀ ਗੱਲ ਕਰਨੀ ਨਹੀਂ ਆਕੇ ਤਾਂ ਹੁਣ ਆਮ ਬੰਦਾ ਇਕੱਠਾ ਹੋ ਕੇ ਉਹ ਸਾਡੀ ਸਟਰੀਟ ਦੇ ਉੱਤੇ ਸਮਝ ਲੋ ਚਾਰ ਚੋਰੀਆਂ ਹੋ ਗਈਆਂ ਠੀਕ ਹੈ ਹੁਣ ਤੋਂ ਕਾਰਾਂ ਚੋਰੀਆਂ ਦੇ ਆਮ ਮੁੱਦਾ ਹੈਗਾ ਹੁਣ ਬੰਦੇ ਤਾਂ ਲੋਕੀ ਇਹੀ ਸੋਚ ਰਹੇ ਨੇ ਭਰਾਵਾ ਕਿਸੇ ਨੇ ਕੁਝ ਨਹੀਂ ਕਰਨਾ ਲੱਗਦਾ ਇਹ ਆਪ ਹੀ ਕੋਈ ਠੀਕ ਨਹੀਂ ਪੈ ਰਹੇ ਜਾਂ ਆਪ ਹੀ ਕੋਈ ਨਾ ਕੋ ਪ੍ਰੋਟੈਸਟ ਕਰਨਾ ਪੈਣਾ ਇਹ ਮੁੱਦੇ ਨਹੀਂ ਹੋਗੇ ਤੁਸੀਂ ਮੁੱਦਿਆਂ ਦੀ ਗੱਲ ਕੀਤੀ ਫਿਰ ਤਾਂ ਹਰ ਮੁੱਦੇ ਤੇ ਹਰ ਗਲੀ 'ਚ ਆਪਾਂ ਪ੍ਰਦਰਸ਼ਨ ਕਰਨੇ ਸ਼ੁਰੂ ਕਰ ਦਿਆਂ ਹੁਣ ਜਿਵੇਂ ਤੁਸੀਂ ਗ੍ਰੋਸਰੀ ਦੀ ਗੱਲ ਕੀਤੀ ਆ ਪੈਂਡੈਮਿਕ ਦੇ ਦੌਰਾਨ ਸਰਕਾਰ ਕਹਿੰਦੀ ਰਹੀ ਆ ਕਿ ਵੀ ਅਨੀ ਇਸ ਤਰੀਕ ਨਾਲ ਤੁਸੀਂ ਮਤਲਬ ਕਿ ਹੌਸ਼-ਪੌਸ਼ ਨਾ ਪਾਓ ਹਰ ਚੀਜ਼ ਤੁਹਾਡੀਆਂ ਸੈਲਫ ਦੇ ਉੱਤੇ ਹੋਏਗੀ ਸਟੋਰੇਜ ਨਾ ਕਰੋ ਕਿਸੇ ਚੀਜ਼ ਨੂੰ ਓਵਰ ਸਟੋਰੇਜ ਨਾ ਕਰੋ ਪਰ ਕਿੰਨਾ ਲੋਕਾਂ ਨੇ ਉਸ ਟਾਈਮ ਦੇ ਵਿੱਚ ਗਰੋਸਰੀਜ਼ ਦੀਆਂ ਸਾਰੀਆਂ ਸ਼ੈਲਫਸ ਉੱਥੇ ਜਾ ਕੇ ਸਟੋਰਸ ਦੀਆਂ ਖਾਲੀ ਕੀਤੀਆਂ ਪਈਆਂ ਸੀ ਸੋ ਉਹਦੇ ਲਈ ਅਸੀਂ ਰਿਸਪੌਂਸੀਬਲ ਸੀ ਕਿ ਅਸੀਂ ਉਸ ਦੇ ਲਈ ਸਰਕਾਰ ਅੱਗੇ ਧਰਨੇ ਕਰਦੇ ਵੀ ਨਹੀਂ ਜੀ ਸਾਨੂੰ ਮਿਲ ਨਹੀਂ ਰਿਹਾ ਮਿਲ ਨਹੀਂ ਹਾਂ ਵੀ ਮੰਨਦਾ ਕਈ ਗਲਤੀਆਂ ਸਾਡੀਆਂ ਨੇ ਸੋ ਜੇ ਤੁਸੀਂ ਇੰਸ਼ੋਰੈਂਸ ਦੇ ਮਾਮਲੇ ਦੀ ਗੱਲ ਕਰਦੇ ਹੋ ਬ੍ਰੈਮਟਨ ਵਰਗੇ ਸ਼ਹਿਰਾਂ ਦੀ ਇੰਸ਼ੋਰੈਂਸ ਕਿਉਂ ਜ਼ਿਆਦਾ ਆ ਕਿਉਂਕਿ ਸਾਡੇ ਵਰਗੇ ਲੋਕਾਂ ਨੇ ਗਲਤੀਆਂ ਅਸੀਂ ਕਰਦੇ ਆਂ ਓਵਰ ਸਪੀਡਿੰਗ ਕਰਨ ਲਈ ਸਰਕਾਰ ਨਹੀਂ ਕਹਿੰਦੀ ਸੋ ਐਕਸੀਡੈਂਟਸ ਜੇ ਹੁੰਦੇ ਆ ਸਾਡੀ ਗਲਤੀ ਕਰਕੇ ਹੋ ਰਹੇ ਨੇ ਉਸ ਤੋਂ ਬਾਅਦ ਜੇ ਇੰਸ਼ੋਰੈਂਸ ਵਧ ਰਹੀ ਆ ਸਾਨੂੰ ਵੀ ਪਤਾ ਕਿ ਕਿਸ ਕਿਸ ਤਰੀਕੇ ਨਾਲ ਵਧ ਰਹੀ ਆ ਸੋ ਸਪੈਸ਼ਲੀ ਜਦੋਂ ਅਸੀਂ ਕਹਿੰਦੇ ਆ ਪੋਸਟਲ ਕੋਡ ਰਿਮੂਵ ਕੀਤਾ ਜਾਵੇ ਕਿਉਂ ਕੀਤਾ ਜਾਵੇ ਕਿਉਂਕਿ ਅਸੀਂ ਵੀ ਉਹਦੇ ਵਿੱਚ ਕਿਤੇ ਨਾ ਕਿਤੇ ਕਸੂਰਵਾਰ ਹੈਗੇ ਆ ਸੋ ਇਹਦੇ ਲਈ ਅਸੀਂ ਕਿਹਦੇ ਅਗੇਂਸਟ ਪ੍ਰੋਟੈਸਟ ਕਰ ਰਹੇ ਆ ਸਰਕਾਰ ਦੇ ਅਗੇਂਸਟ ਸਰਕਾਰ ਨੇ ਤਾਂ ਪਹਿਲਾਂ ਇੱਕ ਤਰੀਕਾ ਆਲਰੇਡੀ ਬਣਾਇਆ ਸੀ ਇੱਕ ਇੰਸ਼ੋਰੈਂਸ ਫਿਕਸ ਸੀ ਜੇ ਉਹਦੇ ਵਿੱਚ ਕੁਝ ਚੇਂਜੇਸ ਆਇਆ ਉਹ ਸਾਡੀਆਂ ਗਲਤੀ ਸੇ ਜੋ ਬ੍ਰਾਮਟਨ ਦੀ ਇੰਸ਼ੋਰੈਂਸ ਹਾਈ ਲੋਕੀ ਕੀ ਕਰਦਿਆ ਆਊਟ ਆਫ 온ਟਾਰੀਓ ਦੀ ਨੰਬਰ ਪਲੇਟ ਲੈ ਕੇ ਇੱਥੇ ਵਿਜ਼ਿਟ ਕਰਦਿਆ ਤੇ ਚਲਾਉਂਦੇ ਆ ਗੱਡੀਆਂ ਚਲਾਉਂਦੇ ਆ ਬਹੁਤ ਸਾਰੇ ਇਹ ਕੇਸਿਸ ਆਉਂਦੇ ਆ ਨੰਬਰ ਪਲੇਟਸ ਦੂਸਰੀਆਂ ਹੁੰਦੀਆਂ ਨੇ ਚਲਾਇ ਇੱਥੇ ਰਹੇ ਨੇ ਰਹਿੰਦੇ ਕਿਤੇ ਨੇ ਐਡਰੈਸ ਕਿਤੇ ਦਾ ਦਿੱਤਾ ਹੋਇਆ ਸੋ ਇਹ ਦੱਸੋ ਕਿ ਇਹਦੇ ਵਿੱਚ ਤੁਸੀਂ ਜੇ ਸਰਕਾਰ ਦੇ ਅਗੇਂਸਟ ਪ੍ਰੋਟੈਸਟ ਕਰ ਰਹੇ ਹੋ ਤਾਂ ਕਿਉਂ ਕਰ ਰਹੇ ਹੋ ਗਲਤੀਆਂ ਸਾਡੀਆਂ ਨੇ ਸਾਡੀਆਂ ਗਲਤੀਆਂ ਕਰਕੇ ਇੰਸ਼ੋਰੈਂਸ ਇਸ ਵਕਤ ਹਾਈ ਹੋਈ ਹੈ ਤੇ ਇਹਦੇ ਵਿੱਚ ਸਰਕਾਰ ਦੀ ਕੀ ਗਲਤੀ ਹੈ ਫਿਰ ਆਪਾਂ ਪ੍ਰੋਟੈਸਟ ਇਹ ਕਰੀਏ ਪੇਸ਼ੂਰਸ ਹੋਰ ਚੱਕੋ ਤਾਂ ਕਿ ਮੈਂ ਫਰਾਡ ਕਰਨਾ ਮੈਨੂੰ ਵੱਧ ਪੈਸੇ ਮਿਲਣ ਫਿਰ ਪ੍ਰੋਟੈਸਟ ਉਹ ਤਾਂ ਪ੍ਰੋਟੈਸਟ ਕਿਸ ਨੂੰ ਵੇਨਾ ਕੀਤਾ ਜਾ ਰਿਹਾ ਹੈ ਧਰਨਾ ਤਾਂ ਕਰਨੇ ਕਿਉਂਕਿ ਮੇਰੀ ਸਾਈਡ ਹੈ ਬਣਾਣਾ ਕਿਸ ਕਿਸ ਚੀਜ਼ ਨੂੰ ਲੈ ਕੇ ਪ੍ਰੋਟੈਸਟ ਕਰ ਰਹੀ ਹਾਂ ਤੇ ਆਪਾਂ ਫਿਰ ਦਨੇਸ਼ ਜੀ ਨਾਲ ਦੀ ਇੱਕ ਆਖਰੀ ਕਾਲ ਲੈ ਲਈਏ ਸੋ ਦਨੇਸ਼ ਜੀ ਤੁਹਾਡਾ ਕੀ ਵਿਚਾਰ ਹੈ ਜੀ ਇਹਦੇ ਬਾਰੇ ਆ ਪ੍ਰੋਬਲਮ ਜਤਿੰਦਰ ਜੀ ਹਾਂਜੀ ਸਰ ਹਾਂਜੀ ਜੀ ਜਿਹੜੇ ਮਰਜ਼ੀ ਕੰਟਰੀ ਦੀ ਗਵਰਨਮੈਂਟ ਦੇਖ ਲੋ ਸਰ ਹਾਂਜੀ ਉਹਦਾ ਤਾਂ ਬੁਰਾ ਹਾਲ ਆ ਗਿਆ ਤੇ ਉਹਨਾਂ ਨੇ ਮਨਮਰਜ਼ੀ ਕਰਨੀ ਹੁੰਦੀ ਹੈ ਜੇ ਅੱਜ ਪ੍ਰੋਟੈਸਟ ਕਰਨਾਂ ਛੱਡ ਦੇਣਗੇ ਸਾਹਿਬ ਬਿਲਕੁਰੀ ਪੱਠਾ ਰਹਿ ਜਾਏਗਾ ਹੂੰ ਹੂੰ ਤੇ ਇਹ ਤਾਂ ਹੈਗਾ ਤੁਸੀਂ ਸੁਣਿਆ ਹੋਣਾ ਜਾਂ ਦੇਖਿਆ ਵੀ ਹੋਣਾ ਚਾਹੀਏ ਨੇ ਤਾਂ ਕਿ ਚਾਂਸ ਸੋਨਾ ਹੈ ਤਾਂ ਜਾਗ ਜਾਓ ਕੋਈ ਗੱਲ ਹੈ ਜਦੋਂ ਹੁਣ ਨਹੀਂ ਖੜੇ ਹੋਏ ਤੇ ਸਰ ਰਕੀਸ਼ਾ ਸੁਪੇ ਹੀ ਰਹਿ ਜਾਗੇ ਤਾਂ ਪਿੱਛੇ ਹੀ ਹੋ ਜਾਗੇ ਹੋਰ ਹੂੰ ਹੁਣ ਇੰਡੀਆ ਦੇ ਦੋ ਪ੍ਰੋਟੈਸਟ ਹੋਏ ਸੀ ਇੱਕ ਐਸੀ 2014 ਦੇ ਵਿੱਚ ਜਿਹੜਾ ਐਂਟੀ ਕਾਂਗਰਸ ਚੱਲਿਆ ਸੀ ਉਹਦੇ ਸਾ ਬਿਠਾ ਦਿੱਤਾ ਬਿਲਕੁਲ ਹੀ ਤੇ ਜਿਹੜਾ ਹੁਣ ਕਿਸਾਨਾਂ ਵਾਲੇ ਜਿਹਨਾਂ ਨੇ ਦੇਸੀ ਧਾਰ ਦਿੱਤਾ ਪ੍ਰੋਟੈਸਟ ਰੂਪ ਡਿਪੈਂਡ ਕਰਦਾ ਸਰ ਉਹਦਾ ਮੁੱਦਾ ਕੀ ਹੈਗਾ ਉਹਦੀ ਲੀਡਰਸ਼ਿਪ ਕਿੱਦਾਂ ਦੀ ਹੈਗੀ ਆ ਉਹਦੇ ਵਿੱਚ ਬੰਦਿਆਂ ਨੂੰ ਕਿੱਦਾਂ ਜੋੜ ਕੇ ਰੱਖਿਆ ਜਾਂਦਾ ਕਿੱਦਾਂ ਇਕੱਠੇ ਕੀਤਾ ਜਾਂਦਾ ਟਾਈਮ ਟਾਈਮ ਉਹਨਾਂ ਦੀ ਮੀਟਿੰਗ ਕਿੱਦਾਂ ਕੀਤੀ ਜਾਂਦੀ ਹੈ ਕੋਈ ਬੈਡ ਐਲੀਮੈਂਟ ਆ ਰਹੇ ਉਹਨਾਂ ਦੀ ਮੈਨੇਜਮੈਂਟ ਲਈ ਕੀ ਕੀਤਾ ਜਾਂਦਾ ਕਰਨ ਜੀ ਸਾਰੇ ਸਹੀ ਹੈਗੇ ਆ ਪਰ ਅਗਰ ਅਸੀਂ ਉਹ ਭੈਣਗੇ ਤੇ ਸਰ ਸੇ ਪੱਠਾ ਹੀ ਰਹਿ ਜਾਏਗਾ ਬਿਲਕੁਲ ਖਤਮ ਹੋ ਜਾਣਾ ਹਾਂ ਇਹ ਗੱਲ ਤੁਹਾਡੀ ਠੀਕ ਹੈ ਬਿਲਕੁਲ ਆਪਣੇ ਦਿਨੇਸ਼ ਜੀ ਬਹੁਤ ਬਹੁਤ ਸ਼ੁਕਰੀਆ ਸੋ ਤਰਨਜੀ ਆਪਣਾ ਸਮਾਂ ਲਗਭਗ ਸਮਾਪਤ ਆਪਾਂ ਹੁਣ ਵਾਈਂਡ ਅਪ ਕਰ ਲਈਏ ਸਾਰੇ ਸਾਰੇ ਦੋਸਤਾਂ ਦਾ ਔਰ ਜਿਨ੍ਹਾਂ ਨੇ ਪਾਰਟਿਸਿਪੇਟ ਕੀਤਾ ਰਲਵੇ ਬਿਲ ਬੇ ਵਿਚਾਰੇ ਨੇ ਤੇ ਉਹਨਾਂ ਦੇ ਵਿੱਚੋਂ ਜਿਵੇਂ ਹੈ ਜਿਵੇਂ ਇਸ ਵਿਸ਼ੇ ਨੂੰ ਆਪਣੇ ਸਾਈਡ ਤੋਂ ਮੈਂ ਲਮਾ ਪੇ ਹਾਂ ਪੇ ਜਿਹੜੇ ਇਹ ਧਰਨੇ ਨੇ ਜਾਂ ਇਸ ਪ੍ਰੋਟੈਸਟ ਨੇ ਇਹ ਚੰਗੇ ਨੇ ਨਾ ਚੰਗਾ ਪੱਖ ਹੈ ਤਾਂ ਆਪਣੇ ਆਪ ਦੇ ਵਿੱਚ ਜਿਹੜਾ ਜਿਵੇਂ ਨੋ ਡਾਊਟ ਮੈਂ ਗੱਲ ਕਰ ਜਿਵੇਂ ਬਲੈਕ ਲਾਈਵਸ ਮੈਟਰ ਦਾ ਹੈ ਵੱਡੇ ਪੱਧਰ ਤੇ ਤੇ ਗਿਆ ਹਾਲਾਂਕਿ ਅਮਰੀਕਾ ਤੋਂ ਉੱਠਿਆ ਫਿਰ ਉਹ ਚੱਲਦਾ ਚੱਲਦਾ ਕੈਨੇਡਾ ਦੇ ਵਿੱਚ ਪਹੁੰਚਿਆ ਉਹਨੇ ਕਈ ਮੋਦੀ ਰੇਸ ਕੀਤੇ ਠੀਕ ਹੈ ਔਰ ਦੂਸਰੀ ਗੱਲ ਇਹ ਹੈ ਕਿ ਕਈ ਵਾਰੀ ਅਸੀਂ 노 ਡਾਊਟ ਅਸੀਂ ਕੰਪੇਅਰ ਕਰਦੇ ਹਾਂ ਕੈਨੇਡਾ ਕਿਸ ਤਰ੍ਹਾਂ ਦਾ ਸੀ ਤੇ ਕਿਸ ਤਰ੍ਹਾਂ ਦਾ ਬਣ ਗਿਆ ਆ ਪਰ ਗੱਲੇ ਕੇ ਉਸ ਵੇਲੇ ਮੁੱਦੇ ਵੀ ਹੋਰ ਸਨ ਹੁਣ ਮੁੱਦੇ ਵੀ ਹੋਰ ਨੇ ਸਾਡੇ ਕੋਲ ਕੀ ਸਾਡੀ ਜਿਹੜੀ ਹੈ ਕੁਆਲਿਟੀ ਲੀਡਰਸ਼ਿਪ ਹੈ ਲੀਡਰਸ਼ਿਪ ਕੁਆਲਿਟੀ ਆਫ ਲੀਡਰਸ਼ਿਪ ਹੈ ਉਹ ਇੰਪਰੂਵ ਹੋਈ ਹੋ ਕਿਤੇ ਨਜ਼ਰ ਨਹੀਂ ਆ ਰਹੀ ਆ ਦਨੀਸ਼ ਉਹਨਾਂ ਦੀ ਗੱਲ ਹੈ ਕਿ ਹੁਣ ਜੇ ਅਸੀਂ ਇਹ ਹੋ ਗਿਆ ਉਹ ਤਾਂ ਬੋਲਦੇ ਨਹੀਂ ਹੈਗੇ ਹੁਣ ਸਾਡੀ ਸੁਣੂਗਾ ਕਿਸ ਤਰ੍ਹਾਂ ਠੀਕ ਹੈ ਚਾਹੇ ਪ੍ਰੈਡੀਸ਼ਨ ਆ ਤੁਹਾਡੀ ਬੜੀ ਗੱਲ ਮੈਂ ਕਹਿੰਦਾ ਠੀਕ ਹੈ ਇਟਸ ਗੁੱਡ ਆਈਡੀਆ ਤੇ ਪਰ ਗੱਲ ਇਹ ਹੈ ਕਿ ਜਿਵੇਂ ਬਲੈਕ ਲਾਈਵਜ਼ ਮੈਟਰ ਹੈ ਜਾਂ ਜਿਹੜੇ ਸਾਡੇ ਸਟੂਡੈਂਟਸ ਦੇ ਨਾਲ ਵੇਜ ਥੈਫਟਸ ਨੂੰ ਲੈ ਕੇ ਕਈ ਚੀਜ਼ਾਂ ਹੋਈਆਂ ਹਾਲਾਂਕਿ ਉਹ ਬੜੇ ਲੋਕਲ ਛ ਉਹ ਸੇਫ ਨਹੀਂ ਹੈਗਾ ਵਗੈਰਾ ਵਗੈਰਾ ਤੇ ਇਹ ਚੀਜ਼ਾਂ ਜਿਹੜੀਆਂ ਸਾਡੇ ਸਾਹਮਣੇ ਨਹੀਂ ਸੀ ਆਉਣੀਆਂ ਜੇ ਚੀਜ਼ਾਂ ਜਿਵੇਂ ਕਿ ਜਿਵੇਂ ਕਈ ਦੋਸਤਾਂ ਨੇ ਜ਼ਿਕਰ ਕੀਤਾ ਕਿਸ ਕਿਸਮ ਦੇ ਮੁੱਦੇ ਨੇ ਕੀ ਲੈ ਕੇ ਆ ਰਹੇ ਨੇ ਅਦਰਵਾਈਜ਼ ਸਾਨੂੰ ਪਤਾ ਨਹੀਂ ਲੱਗਣਾ ਸੀ ਨਵਾਂ ਕੈਨੇਡਾ ਜਿਹੜਾ ਜੋ ਅਸੀਂ ਸਿਰਜਣਾ ਸੀ ਉਹ ਨਵਾਂ ਕੈਨੇਡਾ ਇਧਰ ਨੂੰ ਤੁਰਿਆ ਹੋਇਆ ਕੋਈ ਵੇਜ ਸਥਿਪਤਾਂ ਨੂੰ ਤੁਰਿਆ ਹੋਇਆ ਇੱਥੇ ਕਾਲਜਿਸ ਜਿਹੜੇ ਆ ਉਹ ਦਗਾਨਾ ਰੂਪ ਬਣ ਗਏ ਤੇ ਉਹ ਵਗੈਰਾ ਵਗੈਰਾ ਕਿੰਨੇ ਪੈਸੇ ਲੈ ਰਹੇ ਨੇ ਵਗੈਰਾ ਵਗੈਰਾ ਜਰੂਰ ਤੱਕ ਧਰਨੇ ਨਾ ਹੁੰਦੇ ਸਾਨੂੰ ਪਤਾ ਨਹੀਂ ਸੀ ਲੱਗਣਾ ਇਸ ਚੀਜ਼ ਦੇ ਨਾਲ ਦੂਜੀ ਗੱਲ ਹੈ ਜਿਵੇਂ ਹੇਟ ਦਾ ਵੀ ਤੁਸੀਂ ਜ਼ਿਕਰ ਕਰ ਰਹ ਇਹ ਆਪਸ ਦੇ ਵਿੱਚ ਜਿਹੜਾ ਕਮਿਊਨਿਟੀ ਦਾ ਪਾੜਾ ਪਿਆ ਅਸਲ ਦੇ ਵਿੱਚ ਨਾ ਧਰਨਾ ਨੇ ਪਾੜਾ ਨਹੀਂ ਪਾਇਆ ਮੇਰੇ ਸਾਹਬ ਦੇ ਨਾਲ ਮੇਰੇ ਸਾਹਬ ਦੇ ਨਾਲ ਉਹ ਪਾੜਾ ਸਾਹਮਣੇ ਲੈ ਕੇ ਆਉਂਦਾ ਨਹੀਂ ਤਾਂ ਸਾਨੂੰ ਪਤਾ ਨਹੀਂ ਸੀ ਲੱਗਣਾ ਇੰਨੀ ਹੇਟ ਜਿਹੜੀ ਲੁਕੀ ਹੋਈ ਆ ਹੁਣ ਘੱਟੋ-ਘੱਟ ਇਹਨਾਂ ਦਾ ਪਤਾ ਇਹਨਾਂ ਪੋਲਿਟਿਸ਼ੀਅਨ ਦੇ ਸਾਹਮਣੇ ਵੱਖਰੀ ਗੱਲ ਹੈ ਕਰਨ ਨਾ ਕਰਨ ਬਈ ਘੱਟੋ-ਘੱਟ ਅਸੀਂ ਕੰਟਰੀ ਤੌਰ 'ਤੇ ਕਿੱਧਰ ਨੂੰ ਰਏ ਆ ਸੋ ਇਹ ਪਾੜਾ ਜਿਹੜਾ ਹਿਡਨ ਸੀਗਾ ਹੁਣ ਸਾਹਮਣੇ ਆ ਗਿਆ ਸੋ ਇਹ ਧਰਨੇ ਕਿੰਨਾ ਦਾ ਬੜਾ ਗੁੱਡ ਐਸਪੈਕਟ ਹੈਗਾ ਸੋ ਮੇਰੇ ਖਿਆਲ ਦੇ ਨਾਲ ਦੇਖੋ ਹੋਂ ਹੁੰਦੇ ਵੀ ਰਹਿਣੇ ਚਹੀ ਕਹਿਣਾ ਚਾਹੂੰਗੀ ਮੈਂ ਤੁਹਾਡੀਆਂ ਗੱਲਾਂ ਤੋਂ ਕਾਫੀ ਹੱਦ ਤੱਕ ਸਹਿਮਤ ਹਾਂ ਜਿਵੇਂ ਜਿਵੇਂ ਕਿਸੇ ਮੁਲਕ ਦੀ ਆਬਾਦੀ ਵੱਧਦੀ ਆ ਤਾਂ ਉਸ ਮੁਲਕ ਦੇ ਵਿੱਚ ਸਮੱਸਿਆਵਾਂ ਵੀ ਵੱਧਦੀਆਂ ਨੇ ਕੈਨੇਡਾ ਵਰਗੇ ਮੁਲਕਾਂ ਦੀ ਗੱਲ ਕੀਤੀ ਜਾਵੇ ਤਾਂ ਇੱਥੋਂ ਜਿਵੇਂ ਮੈਂ ਪਹਿਲਾਂ ਵੀ ਗੱਲ ਕੀਤੀ ਸੀ ਵੱਖਰੇ ਵੱਖਰੇ ਮੁਲਕਾਂ ਤੋਂ ਲੋਕ ਆ ਕੇ ਵਸੇ ਨੇ ਤੇ ਸਭ ਦੀਆਂ ਆਪਣੀਆਂ ਵੱਖਰੀਆਂ ਵੱਖਰੀਆਂ ਸਮੱਸਿਆਵਾਂ ਨੇ ਸਹੀ ਵੇਜ ਥੈਫਟ ਵਰਗੇ ਮਾਮਲੇ ਪਹਿਲਾਂ ਇੰਨੀ ਤਰੀਕੇ ਨਾਲ ਹਾਈਲਾਈਟ ਨਹੀਂ ਹੁੰਦੇ ਸੀ ਜਿੰਨੇ ਹੁਣ ਆ ਕੇ ਸਟੂਡੈਂਟਸ ਆਪਣੇ ਹੱਕਾਂ ਦੀ ਗੱਲ ਕਰਦੇ ਆ ਬਾਰ ਹਰ ਚੀਜ਼ ਨੂੰ ਇੰਨਾ ਵੀ ਆਮ ਨਾ ਕਰ ਦਿੱਤਾ ਜਾਵੇ ਜਿਵੇਂ ਜਿਵੇਂ ਕਿਉਂਕਿ ਆਪਾਂ ਭਾਰਤ ਤੋਂ ਆਏ ਆ ਆਪਾਂ ਨੂੰ ਉਧਰ ਦੀ ਗੱਲਾਂ ਦਾ ਜ਼ਿਆਦਾ ਪਤਾ ਆਪਾਂ ਇੱਕ ਐਗਜ਼ਾਮਪਲ ਦੇ ਤੌਰ ਤੇ ਉੱਥੇ ਜ਼ਿਆਦਾ ਬੈਟਰ ਵੇ ਨਾਲ ਦੇ ਸਕਦੇ ਹਾਂ ਉੱਥੇ ਜਿਸ ਤਰੀਕੇ ਨਾਲ ਹਰ ਗੱਲ ਦੇ ਉੱਤੇ ਅੱਜ ਕੱਲ ਧਰਨਾ ਦੇ ਦਿੱਤਾ ਜਾਂਦਾ ਧਰਨੇ ਇੰਨੇ ਆਮ ਹੋ ਗਏ ਨੇ ਕਿ ਸਰਕਾਰਾਂ ਦੇ ਉੱਤੇ ਵੀ ਕੋਈ ਅਸਰ ਨਹੀਂ ਪੈਂਦਾ ਸੋ ਇਸ ਲਈ ਇਹ ਚੀਜ਼ ਦਾ ਬਹੁਤ ਧਿਆਨ ਰੱਖੋ ਵੀ ਧਰਨਾ ਕਿਹੜੀ ਗੱਲ ਦੇ ਉੱਤੇ ਜਾਂ ਕਿਹੜੇ ਮੈਟਰ ਉੱਤੇ ਤੁਸੀਂ ਦੇ ਰਹੇ ਹੋ ਹਰ ਗੱਲ ਦੇ ਉੱਤੇ ਧਰਨਾ ਦੇ ਕੇ ਇਹਨੂੰ ਇੰਨਾ ਵੀ ਆਮ ਨਾ ਕਰੋ ਕਿ ਇਥੋਂ ਦੀ ਸਰਕਾਰ ਦੇ ਉੱਤੇ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਦਰਨਿਆਂ ਦਾ ਵੀ ਕੋਈ ਅਸਰ ਨਾ ਰਵੇ। ਇੱਕ ਰਿਸੋਰਸਸ ਵਾਲੀ ਗੱਲ ਕਰਦੇ ਹੋ। ਮੈਨੂੰ ਨਰਿੰਦਰ ਹੁਣਾਂ ਨੇ ਯਾਦ ਕਰਾਇਆ ਟੱਚ بیس ਕਰਦੇ ਹੋ ਉਹਦਾ ਕੀ ਤੁਹਾਡਾ ਰਿਸੋਰਸਸ ਜਿਵੇਂ ਕਿ ਤੁਸੀਂ ਜਦੋਂ ਆਪਾਂ ਦਰਨਾ ਕਰਦੇ ਆਂ ਤਾਂ ਪੁਲਿਸ ਦੀ ਉੱਥੇ ਰਿਸੋਰਸਸ ਲੱਗਦੇ ਆਂ ਸਿਟੀ ਨੂੰ ਲੱਗਦੀ ਆਂ ਉਹਦੀ ਪ੍ਰੈਜ਼ੈਂਸ ਜ਼ਰੂਰਤ ਹੁੰਦੀ ਆ ਉਸ ਏਰੀਆ ਨੂੰ ਬਲੌਕ ਕਰਨਾ ਪੈਂਦਾ ਉੱਥੇ ਲੋਕਾਂ ਨੂੰ ਲਿਆਉਣਾ ਜਿਹੜੇ ਉਹ ਲੋਕੀ ਉੱਥੇ ਜਿਹੜੇ ਜਿਹੜੇ ਪਾਸੇੋਂ ਦੀ ਲੰਘਣਾ ਵਾ ਉਹ ਸਾਰੀਆਂ ਸੜਕਾਂ ਨੂੰ ਬਲੌਕ ਕਰਨਾ ਪੈਂਦਾ ਆ ਆਮ ਲੋਕਾਂ ਨੂੰ ਕਾਫੀ ਜ਼ਿਆਦਾ ਉੱਥੇ ਸਮੱਸਿਆਵਾਂ ਦਾ ਉਧਰੋਂ ਰੂਟ ਚੇਂਜ ਕਰ ਦਿੱਤੇ ਹਰ ਚੀਜ਼ ਦੇ ਵਿੱਚ ਜਦੋਂ ਡਾਇਵਰਸ਼ਨਸ ਲਾਉਣੇ ਹੋ ਪੁਲਿਸ ਪ੍ਰੈਜ਼ੈਂਸ ਉੱਥੇ ਕਰਵਾਉਣੀ ਪੈਂਦੀ ਆ ਸੋ ਹਰ ਚੀਜ਼ ਉੱਥੇ ਖਰਚ ਹੁੰਦੀ ਆ ਇਹ ਮੈਂ ਤਾਂ ਤੁਹਾਡੇ ਕੋਲ ਗੱਲ ਕਰਵਾਈ ਆ ਨਿਰਿੰਦਰ ਹਾਂ ਦਾ ਮੈਸੇਜ ਆਇਆ ਕਹਿੰਦੇ ਜੀ ਜੇ ਨਾਂ ਦੱਸਿਆ ਮੈਂ ਤੁਹਾਨੂੰ ਨਹੀਂ ਚੱਲੀ ਠੀਕ ਹੈ ਥੈਂਕ ਯੂ ਬਹੁਤ ਬਹੁਤ ਸ਼ੁਕਰੀਆ ਜੀ ਸ਼ੁਕਰੀਆ ਜੀ